ਜਸ ਟੀਵੀ ਵੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ, ਤੁਸੀਂ ਵੇਖ ਰਹੇ ਹੋ ਟੂ ਦਾ ਪੁਆਇੰਟ। ਕੱਲ੍ਹ ਪੂਰੇ ਮੁਲਕ ਵਿੱਚ ਬਜਟ ਜਿਹੜਾ ਹੈਗਾ ਉਸਨੂੰ ਪੇਸ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਔਰ ਬਜਟ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਬੀਤੇ ਕੱਲ੍ਹ ਇੱਕ ਮੰਗ ਜਿਹੜੀ ਹੈਗੀ ਹੈ 15ਵੇਂ ਫਾਈਨੈਂਸ ਕਮਿਸ਼ਨ ਦੇ ਅੱਗੇ ਰੱਖੀ ਹੈ ਕਿ ਉਸ ਨੂੰ ਜਿਹੜਾ ਹੈਗਾ ਇੱਕ ਸਪੈਸ਼ਲ ਪੈਕੇਜ ਦੀ ਲੋੜ ਹੈਗੀ ਹੈ। ਪੰਜਾਬ ਦਾ ਖਜ਼ਾਨਾ ਜਿਹੜਾ ਹੈਗਾ ਖਾਲੀ ਹੈਗਾ, ਇਹ ਸਾਰੀਆਂ ਪਾਰਟੀਆਂ ਅਕਸਰ ਇਹ ਗੱਲ ਕਹਿੰਦੀਆਂ ਨੇ, ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਵੀ ਇਹ ਕਹਿੰਦੀਆਂ ਸੀਗੀਆਂ, ਇਸ ਤੋਂ ਬਾਅਦ ਦੀਆਂ ਸਰਕਾਰਾਂ ਵੀ ਇਹ ਕਹਿ ਰਹੀਆਂ ਨੇ। ਅਤੇ ਸਾਡਾ ਸਵਾਲ ਜਿਹੜਾ ਹੈਗਾ, ਸਵਾਲ ਸਿੱਧਾ ਜਾਏ ਕਿ ਪੰਜਾਬ ਦਾ ਖਜ਼ਾਨਾ ਜੇਕਰ ਖਾਲੀ ਹੈਗਾ ਤਾਂ ਇਹ ਖਾਲੀ ਖਜ਼ਾਨਾ ਭਰੇਗਾ ਕਿਵੇਂ? ਕਿਵੇਂ ਭਰੇਗਾ ਪੰਜਾਬ ਦਾ ਖਜ਼ਾਨਾ, ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਕਿਉਂ ਅੱਜ ਬਹਿਸ ਕਰ ਰਹੇ ਹਾਂ ਤੁਹਾਨੂੰ ਦੱਸਦੇ ਨੇ। ਪੰਜਾਬ ਦੇ ਮੁੱਖ ਮੰਤਰੀ ਨੇ 15ਵੇਂ ਵਿੱਤ ਕਮਿਸ਼ਨ ਦੇ ਅੱਗੇ ਮਾਲੀ ਇਮਦਾਦ ਦੀ ਮੰਗ ਚੁੱਕੀ ਹੈ। ਪੰਜਾਬ ਦੇ ਮਾਲੀ ਹਾਲਾਤ ਸੁਧਾਰਨ ਦੇ ਲਈ ਕੇਂਦਰ ਤੋਂ ਸਪੈਸ਼ਲ ਪੈਕੇਜ ਦੀ ਮੰਗ ਕੀਤੀ ਗਈ ਹੈ। GST ਤੋਂ ਬਾਅਦ ਸੂਬੇ ਦਾ ਮਾਲੀਆ ਜਿਹੜਾ ਹੈਗਾ ਉਸ ਦੇ ਵਿੱਚ ਘਾਟਾ ਪਿਆ। ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹੀ ਹੈ। ਜੁਲਾਈ 2022 ਤੋਂ ਬਾਅਦ ਕੇਂਦਰ ਦੀ ਮਾਲੀ ਇਮਦਾਦ ਜਾਰੀ ਰੱਖਣ ਦੀ ਅਪੀਲ ਕੇਂਦਰ ਨੂੰ ਕੀਤੀ ਗਈ ਹੈ, ਜਿਹੜੀ GST ਦੇ ਪਾੜੇ ਨੂੰ ਜਿਹੜਾ ਹੈਗਾ ਬਰਾਬਰ ਕਰਨ ਦੇ ਲਈ ਕੇਂਦਰ ਮਦਦ ਕਰਦਾ ਹੈ, ਉਸ ਨੂੰ ਜੁਲਾਈ 2022 ਤੋਂ ਬਾਅਦ ਵੀ ਜਿਹੜਾ ਹੈਗਾ ਜਾਰੀ ਰੱਖਿਆ ਜਾਵੇ। ਅਤੇ ਕਮਿਸ਼ਨ ਨੇ CCL ਸੰਬੰਧੀ 31,000 ਕਰੋੜ ਦੇ ਨਿਬੇੜੇ ਦੇ ਲਈ ਇੱਕ ਕਮੇਟੀ ਬਣਾ ਦਿੱਤੀ ਹੈ ਕਿ ਸੂਬਾ ਸਰਕਾਰ ਦੀਆਂ ਸਾਰੀਆਂ ਮੰਗਾਂ ਨੂੰ ਸੁਣਦਿਆਂ ਇੱਕ ਕਮੇਟੀ ਦਾ ਗਠਨ ਜਿਹੜਾ ਹੈਗਾ ਕਰ ਦਿੱਤਾ ਹੈ। ਪਰ ਇਸ ਸਭ ਦੇ ਵਿਚਾਲੇ ਜਿਹੜਾ ਅਹਿਮ ਸਵਾਲ ਹੈਗਾ ਕਿ ਕਿਹੜੀ ਸਿਆਸੀ ਨੀਤੀ ਪੰਜਾਬ ਦੇ ਖਜ਼ਾਨੇ ਨੂੰ ਨੀਵਾਂ ਕਰਨ ਲਈ ਜ਼ਿੰਮੇਵਾਰ ਹੈਗੀ ਹੈ। ਇਸ ਸਵਾਲ ਦਾ ਜਵਾਬ ਲੱਭਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਖਾਸ ਮਹਿਮਾਨ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਥੋੜ੍ਹਾ ਤਾਰੁਫ ਕਰਵਾ ਦਿੰਦੇ ਹਾਂ। ਸਾਡੇ ਨਾਲ ਡਾਕਟਰ ਗਿਆਨ ਸਿੰਘ ਮੌਜੂਦ ਨੇ, ਐਗਰੋ ਇਕਨੋਮਿਸਟ ਨੇ, ਖੇਤੀਬਾੜੀ ਦੇ ਨਾਲ ਜੁੜਾ ਜਿਹੜਾ ਅਰਚਾਰਾ ਹੈਗਾ ਸਾਡਾ, ਸਾਡਾ ਅਰਚਾਰਾ ਇਹ ਕਿਹਾ ਜਾਂਦਾ ਖੇਤੀਬਾੜੀ 'ਤੇ ਆਧਾਰਿਤ ਹੈ, ਉਸ 'ਤੇ ਅੱਛੀ ਪਕੜ ਰੱਖਦੇ ਹਾਂ। ਡਾਕਟਰ ਗਿਆਨ ਸਿੰਘ ਜੀ, ਬਹੁਤ ਬਹੁਤ ਸਵਾਗਤ ਤੁਹਾਡਾ ਇਸ ਚਰਚਾ ਦੇ ਵਿੱਚ। ਸ਼ੁਕਰੀਆ। ਡਾਕਟਰ ਜਗਵੰਤ ਸਿੰਘ, ਅਰਥ ਸ਼ਾਸਤਰੀ ਨੇ, ਸਾਡੇ ਨਾਲ ਮੌਜੂਦ ਨੇ। ਡਾਕਟਰ ਜਗਵੰਤ ਸਿੰਘ, ਤੁਹਾਡਾ ਵੀ ਇਸ ਚਰਚਾ 'ਚ ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ। ਬਲਵਿੰਦਰ ਸਿੰਘ ਕੰਗ, ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਵਜੋਂ ਸਾਡੇ ਨਾਲ ਮੌਜੂਦ ਨੇ। ਕੰਗ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਵੀ ਇਸ ਚਰਚਾ ਦੇ ਵਿੱਚ। ਗੁਰਪ੍ਰੀਤ ਸਿੰਘ ਸੰਧੂ ਸਾਹਿਬ, ਕਾਂਗਰਸ ਵੱਲੋਂ ਸਾਡੇ ਨਾਲ ਮੌਜੂਦ ਨੇ। ਸੰਧੂ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ ਇਸ ਚਰਚਾ ਵਿੱਚ। ਇਕਬਾਲ ਸਿੰਘ, ਆਮ ਆਦਮੀ ਪਾਰਟੀ, ਉਹ ਸਾਡੇ ਨਾਲ ਮੌਜੂਦ ਨੇ। ਇਕਬਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਚਰਚਾ ਦੇ ਵਿੱਚ। ਸੰਧੂ ਸਾਹਿਬ, ਕਾਂਗਰਸ ਇਹ ਜਿਹੜੀ ਗੱਲ ਕਰੀ ਹੈ ਪੰਜਾਬ ਦਾ ਖਜ਼ਾਨਾ ਖਾਲੀ ਹੈ, ਅਸੀਂ ਸਵਾਲ ਸਿੱਧਾ ਜਿਹਾ ਪੁੱਛ ਰਹੇ ਹਾਂ, ਭਰੇਗਾ ਕਿਵੇਂ? ਪਹਿਲੀ ਗੱਲ ਤਾਂ ਜੀ, ਜਦੋਂ ਅਸੀਂ ਆਏ ਸੀਗੇ, ਖਜ਼ਾਨਾ ਖਾਲੀ ਦਾ ਮਤਲਬ ਇਹ ਨਹੀਂ ਹੈ ਵੀ ਅੰਦਰ ਹੱਥ ਫੇਰ ਲਓ ਅਤੇ ਉਹਦੇ 'ਚੋਂ ਮਿੱਟੀ ਨਿਕਲਦੀ ਹੈ। ਖਜ਼ਾਨਾ ਖਾਲੀ ਦਾ ਮਤਲਬ ਇਹ ਹੁੰਦਾ ਹੈ ਜਿਹੜਾ ਸਾਡੇ ਕੋਲ ਰੈਵਨਿਊ ਉਸ ਸਾਲ ਦਾ ਇਲੈਕਸ਼ਨ ਤੋਂ ਬਾਅਦ ਜਦੋਂ ਅਸੀਂ ਸ਼ੁਰੂ ਕਰਨਾ ਸੀਗਾ ਅਪ੍ਰੈਲ ਦੇ ਵਿੱਚ, ਕਿਉਂਕਿ ਉਦੋਂ ਆਲਮੋਸਟ ਵਿੱਤੀ ਸਾਲ ਖਤਮ ਹੋਇਆ ਸੀਗਾ, ਅਤੇ ਉਹਦੇ ਜਿੰਨੇ ਇੰਟਰਿਮ ਬਜਟ ਪੇਸ਼ ਕੀਤਾ ਗਿਆ ਸੀਗਾ ਪਹਿਲੀ ਸਰਕਾਰ ਵੱਲੋਂ, ਉਹਦੇ 'ਚ ਜਦੋਂ ਅਲਟੀਮੇਟਲੀ ਉਹਦਾ ਜਾਇਜ਼ਾ ਲਿਆ ਜਾਂਦਾ ਹੈ ਇਕਨੋਮਿਸਟ ਵੱਲੋਂ ਜਾਂ ਫਾਈਨੈਂਸ ਡਿਪਾਰਟਮੈਂਟ ਵੱਲੋਂ ਕਿ ਸਾਡੇ ਕੋਲ ਜੋ ਅਸੀਂ ਅਨਾਊਂਸਮੈਂਟਸ ਕੀਤੀਆਂ, ਜੋ ਅਸੀਂ ਮੈਨੀਫੈਸਟੋ 'ਚ ਕਿਹਾ ਜਾਂ ਜੋ ਅਸੀਂ ਲੋਕ ਭਲਾਈ ਦੀਆਂ ਸਕੀਮਾਂ ਲੈ ਕੇ ਅਗਲੇ ਇੱਕ ਸਾਲ ਚਲਾਉਣਾ, ਉਹਦੇ ਵਾਸਤੇ ਪੈਸੇ ਸਾਡੇ ਕੋਲ ਕਿਸ ਢੰਗ ਨਾਲ ਪਹਿਲੀ ਸਰਕਾਰ ਰੈਵਨਿਊ ਕਲੈਕਸ਼ਨ ਕਰਦੀ ਰਹੀ ਹੈ, ਅਤੇ ਜੇ ਉਸੇ 'ਤੇ ਅਸੀਂ ਚੱਲੇ ਜਾਈਏ ਤਾਂ ਕੀ ਸਾਡਾ ਉਹਦੇ ਨਾਲ ਕੰਮ ਚੱਲਦਾ ਕਿ ਨਹੀਂ ਚੱਲਦਾ। ਸੋ ਰੈਲੇਟਿਵਲੀ ਇਹ ਦੇਖਿਆ ਗਿਆ ਸੀਗਾ ਕਿ ਮੋਸਟ ਆਫ ਦੀ ਸਕੀਮਸ ਨੀਡ ਟੂ ਬੀ ਆਈਦਰ ਰੀਸੈਟਲਡ ਔਰ ਕਲੋਜ਼ਡ ਫੋਰ ਦ ਟਾਈਮ ਬੀਂਗ, ਇਹ ਨਹੀਂ ਕਿ ਪਰਮਨੈਂਟਲੀ ਬੰਦ ਕਰ ਦੇਣੀਆਂ, ਲੇਕਿਨ ਸਾਨੂੰ ਉਹਦੇ 'ਤੇ ਥੋੜ੍ਹਾ ਜਿਹਾ ਹੱਥ ਘੁੱਟਣ ਦੀ ਲੋੜ ਦੀ ਸੀ। ਇਸ ਕਰਕੇ ਕਿਹਾ ਜਾਂਦਾ ਸੀਗਾ ਵੀ ਖਜ਼ਾਨਾ ਜਿਹੜਾ ਹੈਗਾ ਰੈਲੇਟਿਵਲੀ ਜਿਵੇਂ ਖਾਲੀ ਹੈ, ਲੇਕਿਨ ਕਰਜ਼ਾ ਕਿੰਨਾ ਸੀਗਾ ਉਸ ਟਾਈਮ ਸਾਨੂੰ? ਹਾਂਜੀ, ਕਰਜ਼ਾ ਕਿੰਨਾ ਛੱਡ ਕੇ ਗਈ ਸੀ? ਚਲੋ, ਕਰਜ਼ਾ 1,90,000 ਕਰੋੜ ਤੋਂ ਵੀ ਉੱਤੇ ਸੀਗਾ। ਇਹ ਜਿਹੜੀਆਂ ਡਿਟੇਲ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ 2,10,000 ਕਰੋੜ ਰੁਪਏ ਛੱਡ ਕੇ ਗਈ ਹੈ। ਸੀ, ਦੀਸ ਆਰ ਨਾਟ ਥਿੰਗਸ ਟੂ ਬੀ ਡਿਸਕਸਡ। 20,000 ਕਰੋੜ ਇੱਕ ਵੱਡੀ ਰਕਮ ਨਹੀਂ, ਕੋਈ ਫਰਕ ਦੇਖੋ ਰਕਮ ਦਾ, ਕਰਜ਼ਾ ਦਾ ਜਿਹੜਾ ਕਰਜ਼ਾ ਹੈ ਕਿਸਾਨ ਤੇ, ਕਰਜ਼ਾ 1,00,000 ਰੁਪਏ ਦਾ ਉਹ ਵੀ ਸੂਸਾਈਡ ਕਰੀ ਜਾਂਦਾ, ਕਿਸਾਨ ਤੇ ਕਰਜ਼ਾ 25,00,000 ਦਾ ਉਹ ਵੀ ਸੂਸਾਈਡ ਕਰੀ ਜਾਂਦਾ। ਗੱਲ ਡੋਂਟ ਗੋ ਇਨ ਟੂ ਦੀ ਡੀਟੇਲ ਆਫ ਐਵਰੀ ਰੁਪੀ, ਥਿੰਗ ਇਜ਼ ਦੈਟ ਇਟ ਇਜ਼ ਅ ਹਿਊਜ ਅਮਾਊਂਟ ਆਫ ਲੋਨ ਜਿਹੜਾ ਪੰਜਾਬ ਸਰਕਾਰ ਤੇ ਹੈਗਾ, ਉਹਨੂੰ ਲਾਉਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੈਜ਼ ਬੀਨ ਟੂ ਦੀ ਸੈਂਟਰਲ ਗਵਰਨਮੈਂਟ ਵਿਚ ਇਜ਼ ਦੀ ਮਦਰ ਗਵਰਨਮੈਂਟ ਵਿਚ ਇਜ਼ ਦੀ ਐਕਚੁਅਲੀ ਦ ਮਦਰ ਫਿਗਰ ਆਫ ਦੀ ਐਂਟਾਇਰ ਨੇਸ਼ਨ। ਇੱਕ ਮਿੰਟ, ਸਟੇਟ ਗਵਰਨਮੈਂਟ ਜਿਹੜੇ ਖਜ਼ਾਨਾ ਮੰਤਰੀ ਨੂੰ ਰਿਪੀਟ ਕਰ ਰਹੀ ਹੈ, ਜਿਹੜੇ ਖਜ਼ਾਨਾ ਮੰਤਰੀ ਪਿਛਲੀ ਸਰਕਾਰ ਵਿੱਚ ਵੀ ਮੰਤਰੀ ਰਹੇ ਨੇ, ਕੁਝ ਸਮਾਂ ਉਹਨਾਂ ਨੇ ਕਾਰਜਭਾਰ ਸਾਂਭਿਆ, ਤੁਸੀਂ ਉਹਨਾਂ ਨੂੰ ਰਿਪੀਟ ਕਰੋ, ਕੀ ਐਕਸਪੈਕਟੇਸ਼ਨ ਸੀਗੀ ਉਹਨਾਂ ਕੋਲੋਂ? ਨਹੀਂ ਨਹੀਂ ਐਕਸਪੈਕਟੇਸ਼ਨ ਕੀ ਹੈ, ਐਟਲੀਸਟ ਜਿਹੜਾ ਬਜਟ ਪੇਸ਼ ਕੀਤਾ ਗਿਆ ਸੀਗਾ ਅਪ ਟੂ 31 ਮਾਰਚ 2017 ਜਦੋਂ ਸਾਡੀ ਸਰਕਾਰ ਬਣਦੀ ਹੈ, ਉਹਦੇ ਵਿੱਚ ਕਮ ਸੇ ਕਮ ਜਿਹੜਾ ਉਹ ਬਜਟ ਪੇਸ਼ ਕੀਤਾ ਗਿਆ ਸੀਗਾ ਉਹਦੇ ਜੋ ਡਿਫਿਸਿਟ ਸੀਗੇ ਉਹ ਤਾਂ ਉੱਥੇ ਰੱਖੇ ਜਾਂਦੇ, ਜਿੰਨਾ ਪੈਸਾ ਆਇਆ ਨਾ ਜਾਂ ਤਾਂ ਯੂਟੀਲਾਈਜ਼ ਨਹੀਂ ਹੋਇਆ ਵਾਪਸ ਚਲਾ ਗਿਆ, ਜਾਂ ਹੋਇਆ ਤਾਂ ਡਾਇਵਰਸ਼ਨ ਆਫ ਫੰਡਸ ਕਰਕੇ ਕਿਸੇ ਦਾ ਪੈਸਾ ਨਹੀਂ ਕਰਦਾ। ਇਹ ਜਿਹੜੀ ਮੰਗਾਂ ਹੋ ਰਹੀਆਂ ਨੇ ਪੰਜਾਬ ਸਰਕਾਰ ਜਿਹੜੀ ਮੰਗ ਚੁੱਕ ਰਹੀ ਹੈ, ਜੇ ਪੰਜਾਬ ਤੀਜੀ ਵਾਰ ਰਿਪੀਟ ਕਰ ਦਿੰਦੇ ਜੇਕਰ ਸਰਕਾਰ ਨੂੰ ਤਾਂ ਸ਼ਾਇਦ ਇਹ ਹਾਲਾਤ ਕੁਝ ਹੋਰ ਹੁੰਦੇ। ਦੇਖੋ ਗਗਨ ਜੀ, ਪਹਿਲੀ ਗੱਲ ਤਾਂ ਇਹ ਆ ਵੀ ਪੰਜਾਬ ਦੀ ਜਿਹੜੀ ਮੌਜੂਦਾ ਵਿੱਤੀ ਹਾਲਾਤ ਹੈ ਉਹ ਕੋਈ 2-4 ਸਾਲਾਂ 'ਚ ਨਹੀਂ ਬਣੀ। ਪੰਜਾਬ ਨੇ ਅੰਤਕਵਾਦ ਦਾ ਦੌਰ 'ਚ ਜਿਹੜਾ ਕਠਿਨਾਈ ਝੇਲੀ ਆ ਫਾਈਨੈਂਸ਼ੀਅਲੀ ਵੀ ਔਰ ਹਰ ਤਰੀਕੇ ਨਾਲ, ਉਹ ਜਿਹੜਾ ਸਾਡੇ 'ਤੇ ਬਰਡਨ ਹੈ ਉਹ ਉਸ ਪਹਿਲੇ ਉਸ ਸਾਲਾਂ ਤੋਂ ਚੱਲਦਾ ਆ ਰਿਹਾ। ਜਿਹੜੇ ਇਹ
2004 तो चलता आ रहा जो कांग्रेस की सरकार सी, जो असी कहते भी जो कांग्रेस यूपीए की सरकार सी सेंटर साड़ी पंजाब सरकार सी भी यदि सैटलमेंट की जाए उदों कांग्रेस के प्रधान साहब जाखड़ साहब और दूजे लीडर कहते ये स्कैम है और असी वार वार कहते भी ये पंजाब की लोन सैटलमेंट है आप सारे मिलकर सेंटर को चलीए। 2014 तो बाद थोड़ी सरकार आ गई, आई उस तो बाद थोड़ी असी उस तो तीन साल दा तकरीबन हाँ। तीन साल दे विच थोड़ी सरकार ने की कीता तो सारी गल्ला कहंदे सानू पता सीगा, ए भी पता सी गगन जी, असी इमीडिएटली अप्रोच कीता सेंटर नु। अच्छा सेंटर ने सुनी, हालांकि इत्ते प्रोपोगंडा सूबे दी जिहड़ी मौजूदा सरकार है इन्ने बहुत सुनी, उदों अपोजिशन तुसी अप्रोच कीता सेंटर ने सुनी नहीं थोड़ी, सेंटर ने सुनी है तां ही अज एक कमेटी बनी है फाइनेंस कमेटी जिहड़ी। सूबे दी जिहड़ी कांग्रेस पार्टी ने कन्फ्यूज कीता, अज एक मत होके जो सारी रूलिंग विच कांग्रेस सी तुसी सी, नहीं नहीं सूबे च असी सीगे, कन्फ्यूजन क्रिएट कीती गई जाखड़ साहब बार बार सीगे, असी क्या ਅਸੀਂ ਕਿਹਾ ਵੀ ਨਹੀਂ ਨਹੀਂ 2014 ਦੀ ਰੂਲਿੰਗ ਵਿੱਚ ਵੀ ਤੁਸੀਂ ਆ ਗਏ ਸੀ ਨਾ, ਚੰਗੇ ਦਿਨ ਦਾ ਨਾਰਾ ਦੇ ਕੇ ਆ ਗਏ ਸੀ ਪੰਜਾਬ ਵਿੱਚ, ਚੰਗੇ ਦਿਨ ਲੈਣ ਵਿੱਚ ਕੀ ਦਿੱਕਤ ਆਈ ਫਿਰ ਕਾਂਗਰਸ ਦੇ ਕਹਿਣ ਤੇ ਤੁਸੀਂ ਚੰਗੇ ਦਿਨ ਲੈਣੇ ਬੰਦ ਕਰਤੇ? ਮੈਂ ਕਹਿਣਾ ਹੈ ਵੀ ਐਕਚੁਅਲ ਚ ਕੀ ਆ, ਕਾਂਗਰਸ ਇਹ ਜ਼ੋਰ ਪਾਉਂਦੀ ਰਹੀ ਹੈ ਇਹ 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 ਕੀ ਇਹ ਸਕੈਂਡਲ ਹੈ, ਅਸੀਂ ਕਿਹਾ ਵੀ ਤੁਸੀਂ ਇਨਕੁਆਇਰੀ ਕਰਾ ਲਓ, ਹੁਣ ਇਹਨਾਂ ਦੀ ਸਰਕਾਰ ਹੈ 2 ਸਾਲਾਂ ਚ ਇਹ ਇਨਕੁਆਇਰੀ ਕਰਾ ਲੈਂਦੇ ਹੁਣ, ਯਾਨੀ 3 ਸਾਲ ਜਿਹੜੇ ਤੁਹਾਡੇ ਕੋਲ ਸੀਗੇ ਤੁਸੀਂ ਉਸ ਵਿੱਚ ਕੁਝ ਨਹੀਂ ਕੀਤਾ? ਨਹੀਂ ਅਸੀਂ ਅਪਰੋਚ ਕੀਤਾ, ਲੇਕਿਨ ਅਪਰੋਚ ਕੀਤਾ ਖਾਲੀ ਜਾ ਕੇ ਚਾਹ ਪੀ ਕੇ ਆ ਗਏ ਵਾਪਸ, ਹੋਰ ਕੁਝ ਨਹੀਂ ਕੀਤਾ ਨਾ। ਇਸ ਤਰ੍ਹਾਂ ਹੁੰਦਾ ਸੈਂਟਰ ਨੇ ਪਾਰਟਿਕੂਲਰ ਇੱਕ ਸੂਬੇ ਨੂੰ ਨਹੀਂ ਦੇਖਣਾ ਹੁੰਦਾ, ਸਾਰੇ ਸੂਬਿਆਂ ਨੂੰ ਦੇਖਣਾ ਹੁੰਦਾ ਟਾਈਮ ਤੇ, ਨਾਲ ਇਹ ਵੀ ਦੇਖਣਾ ਹੁੰਦਾ ਵੀ ਤੀਜੀ ਵਾਰ ਸਰਕਾਰ ਜੇ ਸਾਡੀ ਆਏਗੀ ਫਿਰ ਅਸੀਂ ਦੇ ਦਾਂਗੇ, ਨਹੀਂ ਤਾਂ ਨਹੀਂ ਦੇਵਾਂਗੇ। ਨਹੀਂ ਨਹੀਂ ਇਹ ਨਹੀਂ ਹੋ ਸਕਦਾ, ਕਿਉਂਕਿ ਇਹ ਪ੍ਰੋਬਲਮ ਸਾਡੇ ਸਾਰੇ ਪੰਜਾਬੀਆਂ ਤੇ ਆ ਬਰਡਨ, ਇਹ ਪੰਜਾਬ ਦਾ ਇਸ਼ੂ ਹੈ, ਇਹ ਕੋਈ ਇੱਕ ਅਕਾਲੀ ਦਲ ਜਾਂ ਬੀਜੇਪੀ ਦਾ ਇਸ਼ੂ ਨਹੀਂ, ਇਸਨੂੰ ਸਿਆਸਤ ਤੋਂ ਉੱਪਰ ਉੱਠ ਕੇ ਦੇਖਣਾ ਚਾਹੀਦਾ ਸੀ। ਹਾਂ ਇਹ ਪਾਰਟੀਆਂ ਤੋਂ ਉੱਪਰ ਉੱਠ ਕੇ ਦੇਖਣਾ ਚਾਹੀਦਾ ਸੀ, ਹੁਣ ਦੇਖ ਲਓ, ਹੁਣ ਦੇਖਿਆ ਹੈ ਤੇ ਦੇਖੋ। ਹੁਣ ਜੇ ਕਾਂਗਰਸ ਨੇ ਅਪਰੋਚ ਕੀਤਾ ਫਾਈਨੈਂਸ ਕਮਿਸ਼ਨ ਨੂੰ ਤੇ ਉਹਨਾਂ ਨੇ ਕਮੇਟੀ ਬਣਾਤੀ ਹੈ, ਕਿਉਂਕਿ ਮੌਜੂਦਾ ਸਰਕਾਰ, ਪਰ ਕਾਂਗਰਸ ਤਾਂ ਹੋਰ ਵੀ ਬਹੁਤ ਕੁਝ ਕਹਿ ਰਹੀ ਹੈ, ਉਹਦੇ ਲਈ ਤੁਸੀਂ ਜਾ ਕੇ ਅਪਰੋਚ ਕਰ ਦੋ। ਨਹੀਂ ਸਾਡੇ ਕੋਲ ਕਾਂਗਰਸ ਤੇ ਗਗਨਦੀਪ ਜੀ ਇਹ ਕਹਿ ਰਹੀ ਹੈ ਵੀ ਖਜ਼ਾਨਾ ਖਾਲੀ ਹੈ, ਖਜ਼ਾਨਾ ਕੋਈ ਲੋਕਰ ਥੋੜੀ ਆ ਵੀ ਪੈਸੇ ਕੱਢ ਕੇ ਖਰਚਣੇ, ਇਹ ਤੇ ਸਰਕਾਰ ਦੀ ਇੱਕ ਪਾਲਿਸੀ ਹੁੰਦੀ ਆ, ਸਰਕਾਰ ਨੇ ਆਪਣੇ ਰੈਵਨਿਊ ਜਨਰੇਟ ਕਰਨਾ ਆਪਣੇ ਵਿਜ਼ਨ ਨਾਲ, ਆਪਣੇ ਇਕਬਾਲ ਸਿੰਘ ਜਿਹੜਾ ਆਮ ਆਦਮੀ ਪਾਰਟੀ ਵੱਡੇ ਵੱਡੇ ਦਾਅਵੇ ਕਰਦੀ ਆ, ਤੁਸੀਂ ਕੋ ਸਲਾਹ ਦੇ ਦਿਓ ਸਰਕਾਰ ਨੂੰ, ਤੁਸੀਂ ਕਹਿੰਦੇ ਇੱਕ ਮਿੰਟ ਸੰਸਵਾਰਾ ਮੈਂ ਤੁਹਾਡੇ ਕੋਲ ਆ ਰਿਹਾ। ਗੱਲ ਇਦਾਂ ਜੀ, ਜਿਹੜਾ ਖਜ਼ਾਨੇ ਦੀ ਗੱਲ ਕਰਦੇ ਹਾਂ, ਖਾਲੀ ਹੈ ਭਰਿਆ ਹੋਇਆ ਖਜ਼ਾਨਾ ਕੁਛ ਨਹੀਂ ਹੈ, ਸਾਲ ਦਾ ਸਾਡਾ ਜਿਹੜਾ ਨਾ ਇਨਕਮ ਹੈ ਉਹ 35,000 ਕਰੋੜ ਦੀ ਹੈ ਅਤੇ ਖਰਚੇ ਸਾਡੇ 45,000 ਕਰੋੜ ਦੇ, 10,000 ਅਸੀਂ ਘਾਟੇ ਦੇ ਹਰ ਸਾਲ ਘਾਟੇ ਜਾ ਰਹੇ, ਜੇ 5 ਸਾਲ ਦੀ ਟਰਨਓਵਰ ਹੁੰਦੀ ਸਰਕਾਰ ਦੀ ਤਾਂ 50,000 ਇਹਦੇ 'ਚ ਹੋਰ ਐਨਆਊਟ ਹੋ ਐਡ ਆਨ ਹੋ ਜਾਣਾ, ਇਸ ਕਰਕੇ ਇਹ 10,000 ਦਾ ਪਾੜਾ ਹੈ ਨਾ ਜਿਹੜਾ ਇਹ ਘਟਾਉਣ ਦੀ ਲੋੜ ਹੈ, ਇਹ ਘਟੂਗਾ ਕਿੱਥੋਂ? ਜਾਂ ਤਾਂ ਅਸੀਂ ਖਰਚੇ ਘਟਾਈਏ, ਕੁਛ ਸੈਂਟਰ ਤੋਂ ਅਸੀਂ ਮਦਦ ਲਈਏ, ਸੈਂਟਰ ਤੋਂ ਮਦਦ ਕਿਵੇਂ ਮਿਲੂਗੀ? ਹੁਣ ਜਾਂਦੀ ਜਾਂਦੀ ਅਕਾਲੀ ਦਲ ਸਰਕਾਰ ਅੰਗੂਠਾ ਲਾ ਗਈ, ਉਹਨੂੰ ਪਤਾ ਸੀ ਵੀ ਆਉਣ ਵਾਲੀ ਸਰਕਾਰ ਵਾਸਤੇ ਕੰਡੇ ਬੀਜੋ, ਪਰ ਪੰਜਾਬ ਬਾਰੇ ਨਹੀਂ ਉਹਨਾਂ ਨੇ ਸੋਚਿਆ ਵੀ 31,000 ਕਰੋੜ ਰੁਪਇਆ ਐਵੇਂ ਤਾਂ ਨਹੀਂ ਆ ਜਾਂਦਾ ਹੈਗਾ, ਤੁਸੀਂ ਅੰਗੂਠਾ ਲਾਉਣ ਲੱਗੇ ਮਿੰਟ ਲਾਉਂਦੇ, ਨਹੀਂ ਕਿਆ ਜ਼ਰੂਰਤ ਹੈ ਤੁਹਾਨੂੰ, ਨਹੀਂ ਦਿੰਦੇ ਉਹ ਸੀਸੀਡੀ ਲਿਮਿਟ, ਤੁਸੀਂ ਕਹਿ ਦਿਓ ਨਹੀਂ ਅਸੀਂ ਖਰੀਦਦੇ, ਚੱਕ ਕੇ ਗੋਦਾਮਾਂ 'ਚ ਰੱਖ ਦਿਓ, ਕੀ ਲੋੜ ਸੀ 31,000 ਕਰੋੜ 'ਚ ਅੰਗੂਠਾ ਲਾਉਣ ਦੀ? ਤੁਸੀਂ ਪੰਜਾਬ ਬਾਰੇ ਸੋਚੋ, ਪੰਜਾਬ ਬਾਰੇ ਕੋਈ ਸੰਜੀਦਾ ਨਹੀਂ ਹੈ, ਦੂਜੇ ਨੂੰ ਕੰਡੇ ਬੀਜਣ ਵਾਸਤੇ 31,000 ਕਰੋੜ ਤੇ ਜਾਂਦੀਆਂ। ਸੁਝਾਅ ਇਹੀ ਹੈ ਵੀ ਖਰਚੇ ਘਟਾਉਣੇ ਪੈਣੇ ਹੈਗੇ ਤੇ ਜਿਹੜੀ ਇਨਕਮ ਵਧਾਉਣ ਵਾਸਤੇ ਵਸੀਲੇ ਹੈਗੇ ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਸਾਹਮਣੇ ਸਿੱਧੀ, ਹੈ ਕੋਈ ਐਸ ਐਚ ਪਾਲਿਸੀ ਨਜ਼ਰ ਨਹੀਂ ਆਉਂਦੀ, ਇਹ ਤਾਂ ਸਿੱਧੀ ਜੀ ਗੱਲ ਹੋਗੀ ਨਾ ਵੀ ਖਰਚੇ ਘਟਾਓਗੇ ਤਾਂ ਓਬਵੀਅਸਲੀ ਉਹ ਬਚਤ ਜਿਹੜੀ ਹੈਗੀ ਉਹ ਵਧੇਗੀ, ਉਸ ਦੇ ਨਾਲ ਖਜ਼ਾਨਾ ਵਧੇਗਾ। ਤੁਹਾਡੀ ਸਰਕਾਰ ਜਿਹੜੀ ਦਿੱਲੀ 'ਚ ਹੈ, ਤੁਸੀਂ ਬਹੁਤ ਵੱਡੇ ਵੱਡੇ ਦਾਅਵੇ ਕਰਦੇ ਹੋ, ਅਸੀਂ ਬਹੁਤ ਸਾਰੀ ਪਾਲਿਸੀਜ਼ ਲੈ ਕੇ ਆਏ ਹਾਂ, ਸਾਰੀ ਕੁਝ ਕੀਤਾ ਹੈ, ਦਿੱਲੀ ਦਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹਨੂੰ ਚੇਂਜ ਕੀਤਾ ਹੈ, ਕਾਫੀ ਸਾਰੀਆਂ ਚੀਜ਼ਾਂ ਨਵੀਆਂ ਲੈ ਕੇ ਆਏ ਨੇ, ਉਸ ਦਾ ਕੋਈ ਐਗਜ਼ਾਮਪਲ ਦੇ ਦਿਓ, ਉਸ ਦਾ ਕੋਈ ਮਾਡਲ ਸੈੱਟ ਕਰ ਦਿਓ। ਸਾਡੇ ਕੋਲ ਜਦ 3 ਸਾਲ ਪਹਿਲਾਂ ਸਾਡੇ ਕੋਲ ਸਰਕਾਰ ਆਈ ਹੈ ਨਾ, 4 ਸਾਲ ਹੋ ਗਏ ਹੁਣ ਤਾਂ, 31,000 ਕਰੋੜ ਰੁਪਏ ਦਾ ਬਜਟ ਸੀ, ਅੱਜ ਸਾਡੇ ਕੋਲ 53,000 ਕਰੋੜ ਦਾ ਬਜਟ ਹੈ, ਮਤਲਬ ਆਲਮੋਸਟ ਡਬਲ। ਹਾਂ ਉਹੀ ਕਹਿ ਰਹੇ ਨਾ, ਮਤਲਬ ਸਰਪਲਸ ਬਜਟ ਹੈ ਸਾਡੇ ਕੋਲ ਸਾਰੀਆਂ ਸਕੀਮਾਂ ਦੇ ਕੇ, ਇਸ ਕਰਕੇ ਜੇ ਇੱਥੇ ਮਤਲਬ ਵਧੀਆ ਫੰਕਸ਼ਨ ਕਰੇ ਸਰਕਾਰ, ਦੇਖੋ ਸੜਕ ਸਹਿ ਸਾਰਾ ਚੋਰੀ ਹੋ ਰਿਹਾ, ਇੱਕ ਇੱਕ ਜਿਹੜਾ ETO ਹੈ 20-20 ਲੱਖ ਰੁਪਏ ਦੀ ਚੋਰੀ ਕਰ ਰਿਹਾ, ਜਿਹੜਾ ਚੋਰੀ 20 ਲੱਖ ਦੀ ਕਰੂਗਾ ਉਹਦਾ ਅੱਗੇ ਵਪਾਰੀ ਉਹਦਾ 1 ਕਰੋੜ ਰੁਪਏ ਤੁਸੀਂ ਹਜੇ ਚੋਰੀ ਕਰੂਗਾ, ਇਹ ਇਦਾਂ ਲੁੱਟ ਹੋ ਰਿਹਾ ਖਜ਼ਾਨਾ। ਸਿਆਸਤ ਦੀ ਗੱਲ ਵੱਖਰੀ ਹੈਗੀ, ਉਹ ਕੰਟਰੋਲ ਕਰਨ ਦੀ ਲੋੜ ਹੈ, ਸਰਕਾਰ ਫੰਕਸ਼ਨ ਨਹੀਂ ਕਰ ਰਹੀ। ਇਕਨੋਮਿਸਟ ਕੀ ਕਹਿੰਦੇ ਨੇ ਜਾਣਨ ਦੀ ਕੋਸ਼ਿਸ਼ ਕਰਾਂਗੇ, ਛੋਟਾ ਜਿਹਾ ਬ੍ਰੇਕ ਲੈ ਰਹੇ ਹਾਂ, ਬ੍ਰੇਕ ਤੋਂ ਬਾਅਦ ਛੇਤੀ ਵਾਪਸ ਆ ਰਹੇ ਹਾਂ।
ਕਿਵੇਂ ਭਰੇਗਾ ਪੰਜਾਬ ਦਾ ਖਜ਼ਾਨਾ? ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਿਓ। ਔਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕਿਹੜੀ ਸਿਆਸੀ ਨੀਤੀ ਪੰਜਾਬ ਦੇ ਖਜ਼ਾਨੇ ਨੂੰ ਨੀਵਾਂ ਕਰਨ ਦੇ ਲਈ ਜ਼ਿੰਮੇਵਾਰ ਹੈ? ਸਵਾਲ ਇੱਕ ਇਹ ਵੀ ਹੈਗਾ ਕਿ ਜਿਹੜਾ GST ਕੇਂਦਰ ਸਰਕਾਰ ਲੈ ਕੇ ਆਈ ਸੀ ਵਨ ਨੇਸ਼ਨ ਵਨ ਟੈਕਸ ਕਰਕੇ, ਉਸ ਨੂੰ ਹੁਣ ਸੂਬਾ ਸਰਕਾਰ ਇਹ ਕਹਿ ਰਹੀ ਹੈ ਕਿ ਉਸ GST ਦੀ ਵਜ੍ਹਾ ਕਰਕੇ ਸਾਨੂੰ 40% ਜਿਹੜਾ ਹੈਗਾ ਘਾਟਾ ਜਿਹੜਾ ਹੈਗਾ ਰੈਵਨਿਊ ਵਿੱਚ ਪੈ ਰਿਹਾ। ਡਾਕਟਰ ਜਗਵੰਤ ਸਿੰਘ, ਕਿਸ ਤਰੀਕੇ ਨਾਲ ਸਮਝੀਏ ਸਾਰੇ ਸਿਨੈਰੀਓ ਨੂੰ? ਮੁੱਖ ਮੰਤਰੀ ਨੇ ਵੀ ਜਾ ਕੇ ਕੱਲੇ ਗੱਲ ਕਹਿਤੀ ਹੈ 15 ਫਾਈਨੈਂਸ਼ੀਅਲ ਕਮਿਸ਼ਨ ਦੇ ਅੱਗੇ। ਪਹਿਲਾਂ ਵੀ ਮੈਂ ਚੀਜ਼ ਡਿਸਕਸ ਕਰ ਚੁੱਕਾ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਖਿਰ ਕੈਪਟਨ ਸਰਕਾਰ ਨੂੰ ਕੁਝ ਗੱਲਾਂ ਸਮਝਾਉਣੀਆਂ ਸ਼ੁਰੂ ਹੋ ਗਈਆਂ। ਜਦੋਂ GST ਇੰਟਰੋਡਿਊਸ ਹੋਇਆ ਤੇ ਮਨਪ੍ਰੀਤ ਬਾਦਲ ਤੇ ਕੈਪਟਨ ਸਾਹਿਬ ਦੋਨੇ ਹੀ ਕਹਿੰਦੇ ਸੀ ਸਾਨੂੰ GST 'ਚ ਬੜਾ ਫਾਇਦਾ ਹੋਇਆ, ਔਰ ਜਦੋਂ ਮੈਂ ਕਿਸੇ ਚੈਨਲ 'ਤੇ ਕਹਿੰਦਾ ਸੀ ਮੈਨੂੰ ਪੰਜਾਬ ਨੂੰ ਫਾਇਦਾ ਹੁੰਦਾ ਨਜ਼ਰ ਨਹੀਂ ਆਉਂਦਾ, ਤਾਂ ਮੈਨੂੰ ਕਿ ਦੂਸਰੇ ਬੰਦੇ ਸੋਚਦੇ ਸੀ ਮੈਂ ਇਹ ਗੱਲ ਕਿਉਂ ਕਹਿ ਰਿਹਾ। ਕਿਸੇ ਮੌਕੇ ਮੈਂ ਵੀ ਸੋਚਿਆ ਵੀ ਸਰਕਾਰ ਕੋਲ ਅੰਕੜੇ ਜ਼ਿਆਦਾ ਹੁੰਦੇ ਉਹ ਠੀਕ ਹੋ ਸਕਦੇ ਆ, ਔਰ ਇਸੇ ਚੈਨਲ 'ਤੇ ਮੈਂ ਕਹਿੰਦਾ ਰਿਹਾ ਕਿ 2022 ਤੋਂ ਬਾਅਦ ਜੇ GST ਵਿੱਚ ਸੈਂਟਰ ਗੌਰਮੈਂਟ ਨੇ ਕੰਪਨਸੇਸ਼ਨ ਨਾ ਮੰਨੀ ਤੇ 2022 ਤੋਂ ਪੰਜਾਬ ਵਿੱਚ ਬਹੁਤ ਬੁਰੀ ਹਾਲਤ ਹੋਣ ਵਾਲੀ ਹੈ। ਇਹ ਚੰਗੀ ਗੱਲ ਹੈ ਕਿ ਫਾਈਨਾਂਸ ਕਮਿਸ਼ਨ ਅੱਗੇ ਪੰਜਾਬ ਸਰਕਾਰ ਹੁਣ ਇਹ ਮੁੱਦੇ ਚੁੱਕ ਰਹੀ ਹੈ। ਜਿੱਥੇ ਤੱਕ GST ਦਾ ਮਸਲਾ ਆ, ਜੋ ਉਸ ਦਾ ਇੱਕ ਢਾਂਚਾ ਜੋ ਅਰੁਣ ਜੇਤਲੀ ਨੇ ਸਰਕਾਰਾਂ ਨੂੰ ਵੇਚਿਆ, ਖਾਸ ਕਰਕੇ ਪਰਮਿੰਦਰ ਢੀਂਡਸਾ ਉਹਨਾਂ ਨੂੰ, ਜਿਹਨਾਂ ਨੂੰ ਬੜੀ ਖੁਸ਼ੀ ਨਾਮੇ ਕਿਹਾ ਕਿ ਅਸੀਂ ਇਹ ਬਹੁਤ ਵਧੀਆ ਕਰ ਰਹੇ ਨੇ, ਬਾਅਦ 'ਚ ਮਨਪ੍ਰੀਤ ਬਾਦਲ ਹੁਣੀ ਵੀ ਉਹਨੂੰ ਵਧੀਆ ਮੰਨ ਕੇ ਬੈਠ ਗਏ, ਉਹਦੇ ਬੇਸਿਕ ਮਾਡਲ ਦੇ ਵਿੱਚ ਇੱਕ ਇੱਦਾਂ ਦੀਆਂ ਕਮੀਆਂ ਸੀ ਕਿ ਮੈਨੂੰ ਪੰਜਾਬ ਦਾ ਨਜ਼ਰ ਆ ਰਿਹਾ ਸੀ ਕਿ ਇੱਥੇ GST ਕਲੈਕਸ਼ਨ ਬਹੁਤ ਘੱਟ ਹੋਏਗੀ। ਜਦੋਂ ਅਸੀਂ ਪੰਜਾਬ ਅਤੇ ਹਰਿਆਣਾ ਦਾ ਕੰਪੇਅਰ ਕਰਦੇ ਹਾਂ ਅੰਕੜੇ ਬਹੁਤ ਹੀ ਅਜੀਬ ਨੇ। ਪੰਜਾਬ 'ਚ ਤਕਰੀਬਨ 480 ਕਰੋੜ ਮਹੀਨੇ ਦੀ ਕਲੈਕਸ਼ਨ ਬਣਦੀ ਹੈ ਤਾਂ ਉੱਥੇ 1800 ਕਰੋੜ ਦੀ ਬਣਦੀ ਹੈ। ਇੱਦਾਂ ਦੇ ਜਦੋਂ ਬੜੀ ਮੇਜਰ ਗੈਪ ਹੋਣ ਤਾਂ ਇਹ ਫਿਸਕਲ ਕਮਿਸ਼ਨ ਨੂੰ ਇਹਨੂੰ ਐਡਰੈਸ ਕਰਨਾ ਜ਼ਰੂਰੀ ਹੈ ਕਿ ਪੰਜਾਬ ਇਸ ਸਥਿਤੀ ਨੂੰ ਕਿੱਦਾਂ ਮੀਟ ਕਰੇਗਾ, ਉਹ ਜ਼ਰੂਰੀ ਹੈ। ਜਿੱਥੇ ਤੱਕ 31,000 ਕਰੋੜ ਦੇ ਮੁੱਦੇ ਦਾ ਮਸਲਾ ਆ, ਮੈਂ ਇਸ ਗੱਲ ਨਾਲ ਨਹੀਂ ਸਹਿਮਤ ਕਿ ਕੋਈ ਪੁਰਾਣਾ ਚੱਲਿਆ ਆ ਰਿਹਾ ਸੀ। 31,000 ਦਾ ਮਸਲਾ ਇਸ ਕਰਕੇ ਹੋਇਆ ਕਿ ਫੂਡ ਗ੍ਰੇਨਸ ਐਕਚੁਅਲ ਫਿਜ਼ੀਕਲੀ ਐਗਜ਼ਿਸਟ ਨਹੀਂ ਸੀ ਕਰ ਰਹੇ। RBI ਨੇ ਪੰਜਾਬ 'ਚ ਜਿਹੜੇ ਬੈਂਕਸ ਆ ਉਹਨਾਂ ਨੂੰ ਇਹ ਗੱਲ ਕਹੀ ਵੀ ਕਿਉਂਕਿ ਜਿਹੜੀ ਸਿਕਿਉਰਟੀ ਆ ਤੁਹਾਡੀ ਉਹ ਐਕਚੁਅਲ ਐਗਜ਼ਿਸਟ ਨਹੀਂ ਕਰਦੀ, ਇਹਨੂੰ ਤੁਸੀਂ ਰਾਈਟ ਆਫ ਕਰ ਦਿਓ। ਜਦੋਂ ਰਾਈਟ ਆਫ ਮੁੱਦਾ ਆਇਆ ਤਾਂ ਮੁੱਦਾ ਬਣਨਾ ਸ਼ੁਰੂ ਹੋਇਆ। ਦੋਨੇ ਪਾਸੇ ਸਰਕਾਰ NDA ਦੀ ਸੀ ਤਾਂ ਉਸ 'ਚੋਂ ਨਿਕਲਣ ਦੇ ਲਈ ਬਦਨਾਮੀ ਨਾ ਹੋਵੇ ਉਹਨੂੰ ਇਹਨੇ ਲੋਨ ਦੇ ਵਿੱਚ ਕਨਵਰਟ ਕਰਤਾ। ਉਹ ਲੋਨ ਕਨਵਰਟ ਕਰਨ ਦੇ ਨਾਲ ਪੰਜਾਬ 'ਤੇ ਐਡੀਸ਼ਨਲ ਬੋਝ ਪਿਆ। ਅਖੀਰਲੇ 1.5 ਮਹੀਨੇ ਦੇ ਵਿੱਚ ਦੋਨੇ ਤਰੀਕੇ ਦੇ ਲੋਨ ਪਾਈਏ 49,000 ਕਰੋੜ ਦੇ ਕਰੀਬ ਦਾ ਕਰਜ਼ਾ ਚੁੱਕਿਆ, 2,11,000 ਕਰੋੜ ਦੇ ਕਰੀਬ ਇਸ ਮੌਕੇ ਕਰਜ਼ਾ ਆ। ਇਹ ਜਿਹੜਾ 31,000 ਦਾ ਕਰਜ਼ਾ ਆ ਇਹਦੇ 3200 ਕਿ 3400 ਕਰੋੜ ਸਾਲ ਦੀ ਜਿਹੜੀ ਆ ਉਹ ਕਿਸ਼ਤ 20 ਸਾਲ ਤੱਕ ਪੇ ਕਰਨੀ ਆ। ਸੋ ਇਹ ਜਿਹੜੇ ਮੁੱਦੇ ਨੇ ਇਹ ਇੱਕ ਪਾਸੇ ਨੇ, ਪਰ ਜਿੱਥੇ ਤੱਕ ਸਟਰਕਚਰਲ ਰਿਫੋਰਮਸ ਦੀ ਗੱਲ ਹੈ ਮੈਂ ਕਹਾਂਗਾ ਉਸ ਤੋਂ ਬਗੈਰ ਪਾਰਟੀਆਂ ਜੋ ਮਰਜ਼ੀ ਕਰਨ, ਪੈਕੇਜ ਜੋ ਮਰਜ਼ੀ ਮਿਲਣ, ਪੰਜਾਬ ਦੀ ਇਕਨੋਮੀ ਉਭਰੇਗੀ ਨਹੀਂ। 1985 ਬਹੁਤ ਜ਼ਰੂਰੀ ਹੈ। ਡਾਕਟਰ ਗਿਆਨ ਸਿੰਘ, ਸਟਰਕਚਰਲ ਰਿਫੋਰਮ ਇੱਕ ਗੱਲ ਹੈਗੀ ਹੈ, ਪਰ ਜੇਕਰ ਪੰਜਾਬ ਦੀ ਬੇਸਿਕ ਇਕਨੋਮੀ ਨੂੰ ਦੇਖੀਏ, ਐਗਰੋ ਇਕਨੋਮੀ ਜਿਹੜੀ ਹੈਗੀ ਹੈ, ਉਹ ਕਿੱਥੇ ਖੜੀ ਨਜ਼ਰ ਆਉਂਦੀ ਹੈ ਇਸ ਪੂਰੇ ਸਿਨੈਰੀਓ ਦੇ ਵਿੱਚ? ਫਿਰ ਇਹਨੂੰ ਜੇ ਆਪਾਂ ਬਰੀਫਲੀ ਗੱਲ ਕਰੀਏ, ਖਾੜਕੂਬਾਦ ਤੋਂ ਪਹਿਲਾਂ ਪੰਜਾਬ ਦਾ ਖਜ਼ਾਨਾ ਸਰਪਲਸ ਹੁੰਦਾ ਸੀ, ਅਤੇ ਖਾੜਕੂਬਾਦ ਤੋਂ ਉਹਦੇ ਦੌਰ 'ਚੋਂ ਸਾਡੀ ਇੰਡਸਟਰੀ ਸ਼ਿਫਟ ਹੋਈ। ਪਰ ਸਮੇਂ ਦੀਆਂ ਸਾਰੀਆਂ ਸਰਕਾਰਾਂ ਨੇ, UPA ਅਤੇ NDA ਨੇ, ਇਹ ਜਿਹੜੇ ਪਹਾੜੀ ਸੂਬੇ ਨੇ ਉਹਨਾਂ ਨੂੰ ਰਾਇਤਾ ਦਿੱਤੀਆਂ, ਸਾਡੀ ਇੰਡਸਟਰੀ ਉੱਥੇ ਗਈ, ਪੰਜਾਬ ਨੂੰ ਇੰਡਸਟਰੀ ਕਰਨੀ ਉਹ ਖਾਲੀ ਕੀਤਾ। ਇਸ ਤੋਂ ਬਿਨਾਂ ਸਾਰੀਆਂ ਪਾਰਟੀਆਂ ਰਲ ਕੇ ਜਿਹੜਾ ਸੰਘੀ ਢਾਂਚਾ ਹੈ ਉਹਦੀ ਸੰਘੀ ਕੁੱਟੀ, GST ਸਾਡੇ ਹੁਣ ਦੇ ਖਜ਼ਾਨਾ ਮੰਤਰੀ ਅਤੇ ਸਾਰੀਆਂ ਪਾਰਟੀਆਂ BJP ਕਾਂਗਰਸ ਸਾਰੇ ਜਿਹੜਾ ਹੈਗਾ ਇਹ ਅੱਡੀਆਂ ਚੁੱਕੇ ਦੀ ਸਪੋਰਟ ਕਰਦੇ GST ਨਾਲ ਆ ਹੋਜੂ ਉਹ ਹੋਜੂ, ਇਸ ਤਰ੍ਹਾਂ ਪ੍ਰੋਫੈਸਰ ਜਗਵੰਤ ਹੋਣੀ ਕਹਿੰਦੇ ਸੀ, ਹੈ ਨਾ। ਪਰ ਜਦੋਂ ਕਿ ਪਹਿਲਾਂ ਪਤਾ ਸੀ ਕਿ GST ਦਾ ਜਿਹੜਾ ਹੈਗਾ ਸੈਂਟਰਲਾਈਜੇਸ਼ਨ ਆਫ ਫਾਈਨੈਂਸ਼ੀਅਲ ਪਾਵਰਸ ਹੈਗਾ ਅਤੇ ਸੰਘੀ ਢਾਂਚੇ ਨੂੰ ਸਕੋੜਦਾ, ਹੋਰ ਤਾਂ ਹੋਰ ਅਕਾਲੀ ਦਲ ਜਿਹੜਾ ਆਨੰਦਪੁਰ ਸਾਹਿਬ ਦੇ ਮੁੱਦੇ ਦੀ ਗੱਲ ਕਰਦਾ ਸੀ ਉਹ ਵੀ ਇਹ ਸੰਘੀ ਘੁੱਟਣ ਦੇ ਵਿੱਚ ਹੈ ਕਿ ਮੁੜ ਕੇ ਆਨੰਦਪੁਰ ਸਾਹਿਬ ਦੀ ਗੱਲ ਖਤਮ ਹੋ ਗਈ। ਜੇ ਪੰਜਾਬ ਦੀ ਕੰਟਰੀਬਿਊਸ਼ਨ ਦੇਖੀਏ ਜਿਹੜੀਆਂ ਫੂਡ ਗ੍ਰੇਨ 'ਚ ਹੈਗੀ ਉਹ ਐਡੀ ਵੱਡੀ ਹੈ ਕਿ ਬਹੁਤ ਲੰਬੇ ਟਾਈਮ ਲਈ ਸਿਰਫ 2 ਮੇਜਰ ਫੂਡ ਗ੍ਰੇਨ ਕਰੋਪ 'ਚ 50% ਰਹੀ ਹੈ ਬੀਟ ਅਤੇ ਪੈਡੀ 'ਚ, ਹੁਣ ਵੀ 36% ਹੈ। ਇਸ ਨੂੰ ਫਾਈਨੈਂਸ ਕਮਿਸ਼ਨ ਨੇ ਵੀ ਕੱਲ੍ਹ ਅਸੈਪਟ ਕੀਤਾ ਹੈ? ਨਹੀਂ, ਅਸ਼ੋਕ ਗਲਾਟੀ ਦਾ 21 ਜਨਵਰੀ ਨੂੰ ਇੰਡੀਅਨ ਐਕਸਪ੍ਰੈਸ 'ਚ ਇੱਕ ਆਰਟੀਕਲ ਆਇਆ ਜਿਹਨੂੰ ਸਰਕਾਰ ਪੱਖੀ ਅਰਥ ਵਿਗਿਆਨੀ ਕਿਹਾ ਜਾਂਦਾ, ਉਹ ਵੀ ਮੰਨਿਆ ਪਿਛਲੇ 16-17 ਸਾਲਾਂ 'ਚ 45,00,000 ਕਰੋੜ ਰੁਪਏ ਦੇ ਖੇਤੀਬਾੜੀ 'ਤੇ ਹਿਡਨ ਟੈਕਸ ਲਾਏ ਨੇ। ਉਹ ਹਿਡਨ ਟੈਕਸ ਕਿਹਦੇ ਲੱਗੇ ਨੇ? ਸਭ ਤੋਂ ਵੱਧ ਪੰਜਾਬ 'ਤੇ ਵੱਢ ਨੇ, ਕਿਉਂਕਿ ਪੰਜਾਬ ਦੀ ਕੰਟਰੀਬਿਊਸ਼ਨ ਜ਼ਿਆਦਾ ਹੈ। ਇਸ ਲਈ ਜਿਹੜਾ ਇਹ ਸਾਰਾ ਕੁਛ ਹੈਗਾ ਇਹਦੇ ਲਈ ਸਾਰੇ UPA NDA ਸਾਰੇ ਜ਼ਿੰਮੇਵਾਰ ਨੇ, ਬਰਾਬਰ ਦੇ ਜ਼ਿੰਮੇਵਾਰ ਹੈ, ਇੱਕ ਦੂਜੇ ਤੋਂ ਵੱਧ ਜ਼ਿੰਮੇਵਾਰ ਨੇ। ਅਤੇ ਇਹਦਾ ਜਿਹੜਾ ਹੱਲ ਨਿਕਲਦਾ ਉਹ ਹੱਲ ਤਾਂ ਇਹ ਨਿਕਲਦਾ ਕਿ ਅਸੀਂ ਮੁੜ ਕੇ ਜਿਹੜਾ ਸੰਘੀ ਢਾਂਚਾ ਹੈ ਉਹਨੂੰ ਮਜ਼ਬੂਤ ਕਰੀਏ ਅਤੇ ਸਟੇਟਾਂ ਨੂੰ ਅਧਿਕਾਰ ਦਵਾਈਏ ਜਿਹੜੇ ਸਾਡੇ ਬਣਦੇ ਨੇ ਉਹ ਹੋਣ। ਪਰ ਹੁਣ ਜਿਹੜੀ ਇਹ ਗੱਲ ਕਰਦੇ ਨੇ ਇਹ ਤਾਂ ਗੱਲ ਜਿਹੜੀ ਹੁਣ ਦੀ ਮੰਗ ਕੀਤੀ ਹੈ ਇਹ ਤਾਂ ਬਹੁਤ ਛੋਟੀ ਜਿਹੀ ਮੰਗ ਹੈਗੀ, ਕਿਉਂ ਨਾ 1970 ਤੋਂ ਲੈ ਕੇ ਹੁਣ ਤੱਕ ਗਿਣਤੀ ਮਿਣਤੀ ਬਹੁਤ ਸੌਖਾ ਕੰਮ ਹੈ, ਕੁਝ ਘੰਟੇ ਦਾ ਕੰਮ ਹੈ। ਪ੍ਰੋਫੈਸਰ,
ਇਹਦਾ ਮਤਲਬ ਜਿਹੜਾ ਸੈਂਟਰ ਗੌਰਮੈਂਟ ਇੱਕ ਦਿਖਾ ਰਹੀ ਹੈ, ਕਾਰਪੋਰੇਟ ਮਾਡਲ ਦਿਖਾ ਰਹੀ ਹੈ, ਜਿਸ ਨੂੰ ਪੂਰੇ ਇੰਡੀਆ ਵਿੱਚ ਦਿਖਾਇਆ ਜਾ ਰਿਹਾ ਹੈ, ਬਿਲਕੁਲ ਉਹ ਪੰਜਾਬ ਲਈ ਘਾਟਿਆ ਸੌਦਾ ਹੈ? ਕਾਰਪੋਰੇਟ ਮਾਡਲ ਸਾਰੀ ਦੁਨੀਆ ਲਈ ਘਾਟੇ ਦਾ ਸੌਦਾ ਹੈ। ਆਕਸਫੈਮ ਦੀ ਰਿਪੋਰਟ ਆਈ ਹੈ, 26 ਬੰਦੇ ਉਨੀ ਵੈਲਥ ਲਈ ਬੈਠੇ ਨੇ ਜਿੰਨਾ ਅੱਧੀ ਦੁਨੀਆ ਲਈ ਬੈਠੀ ਹੈ, ਹੈ ਨਾ। ਅਤੇ ਇੰਡੀਆ ਦੀ ਆਈ ਹੈ, ਮੁਕੇਸ਼ ਅੰਬਾਨੀ ਨੂੰ ਇੰਨੀ ਵੈਲਥ ਦੇ ਦਿੱਤੀ ਗਈ ਜਿਹਦੇ ਨਾਲ ਜਿੰਨਾ ਸਾਡਾ ਇਹ ਜਨ ਸਿਹਤ 'ਤੇ ਖਰਚਾ ਹੁੰਦਾ ਹੈ ਉਹ ਦੋ ਟਾਈਮ ਵੀ ਪੂਰਾ ਹੋ ਸਕਦਾ ਹੈਗਾ। ਅਤੇ ਉਹਦੇ ਕੋਲ ਇੱਕ ਬੰਗਲਾ ਇਹੋ ਜਿਹਾ ਜਿਹੜਾ ਦੁਨੀਆ ਦਾ ਸਭ ਤੋਂ ਮਹਿੰਗਾ ਬੰਗਲਾ ਹੈ। ਅਤੇ ਇਸ ਤਰ੍ਹਾਂ ਦਾ ਤਾਂ ਅਸੀਂ ਡਿਸਪੈਰਿਟੀ ਇੰਡੀਆ 'ਚ ਵੀ ਫੈਲਾ ਰਹੇ ਹਾਂ, ਇੰਡੀਆ 'ਚ ਫੈਲਾ ਰਹੇ ਹਾਂ। ਜਿਹੜੀ ਆਕਸਫੈਮ ਦੀ ਰਿਪੋਰਟ ਹੈ ਇੰਡੀਆ ਬਾਰੇ ਵੀ ਹੈਗੀ, ਵਰਲਡ ਬਾਰੇ ਵੀ ਹੈ। ਜੇ ਇਸ ਤਰ੍ਹਾਂ ਕਰੀ ਜਾਵਾਂਗੇ ਤਾਂ ਜਿਹੜਾ ਕਾਰਪੋਰੇਟ ਮਾਡਲ ਹੈ ਉਹ ਤਾਂ ਪੰਜਾਬ ਕੀ ਉਹਨੂੰ ਤਾਂ ਵਰਕਿੰਗ ਕਲਾਸ ਨੂੰ ਨਹੀਂ ਛੱਡਣਾ ਹੈਗਾ, ਉਹਨੂੰ ਮਤਲਬ ਬੌਂਡਡ ਲੇਬਰ 'ਤੇ ਲਿਆਉਂਦਾ ਹੈ। ਇਸ ਲਈ ਕੁੱਲ ਮਿਲਾ ਕੇ ਜਿਹੜਾ ਗਿਵਨ ਸਿਸਟਮ ਹੈ ਉਹਦੇ ਵਿੱਚ ਚੱਲਦੇ ਹੋਏ ਜ਼ਰੂਰੀ ਹੈ ਕਿ ਸਾਨੂੰ ਫੈਡਰਲ ਸੈਟਅਪ ਵੱਲ ਆਈਏ। ਕੰਗ ਸਾਹਿਬ, ਇਹ ਬੀਜੇਪੀ ਦਾ ਕੀ ਸਮਝਿਆ ਸੀ ਕਿ ਸਾਰਾ ਜਿਹੜਾ ਬੇਸਿਕ ਗੱਲ ਜਿਹੜੀ ਕਹੀ ਜਾਂਦੀ ਹੈ ਬੀਜੇਪੀ ਦੇ ਬਾਰੇ ਕਿ ਪ੍ਰੋ ਬਿਜ਼ਨਸਮੈਨ ਪਾਰਟੀ ਹੈਗੀ ਹੈ, ਉਸ ਚੀਜ਼ ਨੂੰ ਸਿਰਫ ਐਸਟੈਬਲਿਸ਼ ਕਰਨ ਲਈ ਕਾਰਪੋਰੇਟ ਮਾਡਲ ਨੂੰ ਐਸਟੈਬਲਿਸ਼ ਕਰ ਰਹੀ ਹੈ ਪੂਰੇ ਇੰਡੀਆ 'ਚ? ਨਹੀਂ, ਡਾਕਟਰ ਗਿਆਨ ਸਿੰਘ ਹੋਣਾ ਨਾਲ ਇੱਕ ਗੱਲ 'ਤੇ ਮੈਂ ਬਿਲਕੁਲ ਸਹਿਮਤ ਹਾਂ ਵੀ ਪੰਜਾਬ ਨਾਲ ਵਿਤਕਰਾ ਪਹਿਲੇ ਦਿਨ ਤੋਂ ਹੀ, ਚਾਹੇ ਉਹ ਆਜ਼ਾਦ ਭਾਰਤ ਜਦੋਂ ਹੋਇਆ ਉਸ ਦਿਨ ਤੋਂ ਹੀ ਹੋਣ ਲੱਗ ਗਿਆ। ਚਾਹੇ ਉਹ ਪੰਜਾਬੀ ਸੂਬਾ ਹੋਵੇ, ਉਹਦੇ ਅਧਿਕਾਰ ਦੇਣ ਦੀ ਗੱਲ ਹੋਵੇ, ਪਾਣੀਆਂ ਦੀ ਗੱਲ ਹੋਵੇ, 84 'ਚ ਕਾਂਗਰਸ ਨੇ ਜਿਹੜਾ ਦਰਬਾਰ ਸਾਹਿਬ 'ਤੇ ਅਟੈਕ ਕਰਾਇਆ, ਇੰਡੀਅਨ ਆਰਮੀ, ਇੰਡੀਅਨ ਸਵਾਲ ਤੁਹਾਡੀ ਸਰਕਾਰ ਦੇ ਬਹੁਤ ਸਿੱਧਾ ਸਵਾਲ ਹੈ, ਸਵਾਲ ਤੇ ਆਓ, ਸਵਾਲ ਤੇ ਆ ਰਿਹਾ, ਸਵਾਲ ਤੇ ਆਓ। ਕਾਰਪੋਰੇਟ ਮਾਡਲ ਤੁਹਾਡੀ ਗਵਰਨਮੈਂਟ ਸਿਰਫ ਇਸ ਲਈ ਅਪਲਾਈ ਕਰੇਗੀ ਕਿ ਤੁਸੀਂ ਪ੍ਰੋ ਬਿਜ਼ਨਸਮੈਨ ਕਹੇ ਜਾਂਦੇ ਹੋ? ਇਸ ਲਈ ਨਹੀਂ ਨਹੀਂ, ਬਿਜ਼ਨਸਮੈਨ ਨਾਰਾਜ਼ ਨਾ ਹੋ, ਇਹਦੇ 'ਚ ਵੀ ਕੋਈ ਦੋ ਰਾਏ ਨਹੀਂ। ਇਹ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਫਾਈਨੈਂਸ਼ੀਅਲ, ਉਹਦੇ 'ਚ ਬਹੁਤ ਵੱਡਾ ਪੜਾਅ ਵਿੱਚ ਡਾਕਟਰ ਗਿਆਨ ਸਿੰਘ ਹੋਣਾ ਨੇ ਇਹ ਗੱਲ ਬਿਲਕੁਲ ਠੀਕ ਕੀਤੀ ਆ। ਲੇਕਿਨ ਬੁਨਿਆਦੀ ਫਰਕ ਇਹ ਹੈ, ਜਿਹੜੀ ਸਾਡੀ ਹੁਣ ਵਾਲੀ ਸਰਕਾਰ ਹੈ ਜਾਂ ਅਟਲ ਜੀ ਦੀ ਸਰਕਾਰ ਸੀ, ਉਹਨਾਂ ਨੇ ਜਿਹੜਾ ਸਭ ਤੋਂ ਨਿਚਲੇ ਸਤਰ ਦਾ ਬੰਦਾ ਉਹਦਾ ਜੀਵਨ ਸਤਰ ਸੁਧਰੇ ਉਹਦੇ ਲਈ ਬਹੁਤ ਸਾਰੇ ਪ੍ਰਯਾਸ ਕੀਤੇ, ਚਾਹੇ ਜਨਧਨ ਯੋਜਨਾ ਹੋਵੇ, ਸਿਲੰਡਰ ਦੇਣ ਦੀ ਗੱਲ ਹੋਵੇ, ਔਰ MSP ਕਿਸਾਨ ਦੀ ਵਧਾਉਣ ਦੀ ਗੱਲ ਹੋਵੇ, ਕਈ ਤਰ੍ਹਾਂ ਦੇ ਪ੍ਰਯਾਸ ਉਸ ਤਬਕੇ ਦਾ ਜੀਵਨ ਸਤਰ ਉੱਪਰ ਉੱਠੇ, ਔਰ ਈਵਨ ਜਨਰਲ ਕੈਟਾਗਰੀ ਨੂੰ ਵੀ ਜਿਹੜੇ ਫਾਈਨੈਂਸ਼ੀਅਲੀ ਡਾਊਨ ਹੈ ਉਹਨਾਂ ਨੂੰ 10%। ਤੁਹਾਡੀ ਸਰਕਾਰ ਸੁਪਰੀਮ ਕੋਰਟ ਵਿੱਚ ਹਲਫਨਾਮਾ ਦੇ ਕੇ ਕਹਿੰਦੀ ਹੈ ਕਿ ਅਸੀਂ ਜੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਕਰ ਸਕਦੇ, ਇਹ ਹਲਫਨਾਮਾ ਹੈ, ਇਹ ਕੋਈ ਬਿਆਨ ਨਹੀਂ ਹੈ। ਹਲਫਨਾਮਾ ਮਤਲਬ ਦਸਤਾਵੇਜ਼ੀ ਤੌਰ ਤੇ ਤੁਸੀਂ ਮੰਨ ਲਿਆ। ਮੈਂ ਕਿਸਾਨਾਂ ਦੇ ਬਾਰੇ ਜਿਹੜੀ ਗੱਲ ਤੁਸੀਂ ਕਹਿੰਦੇ ਆਏ ਸੀਗੇ, ਜਿਹੜੀ ਲਾਗਤ ਜਿਹੜੀ ਹੈਗੀ ਹੈ ਉਸ ਤੋਂ 1.5 ਗੁਣਾ ਮੁੱਲ ਦੇਵਾਂਗੇ, ਉਹ ਸਿਰਫ ਤੁਸੀਂ ਅੰਕੜਿਆਂ ਦੀ ਜ਼ਬਾਨੀ ਤਾਂ ਦਿਖਾ ਦਿੱਤਾ, ਹਕੀਕਤ ਇਹ ਹੈਗੀ ਹੈ ਕਿ ਮੁਲਕ ਵਿੱਚ ਹਜੇ ਵੀ ਕਿਸਾਨ ਜਿਹੜੇ ਹੈਗੇ ਆ, ਔਰ ਤੁਹਾਡੇ ਜਿੱਥੇ ਸਿੱਥੇ ਸਰਕਾਰਾਂ ਸੀਗੀਆਂ ਉੱਥੇ ਵੀ ਕਿਸਾਨ ਖੁਦਕੁਸ਼ੀ ਕਰ ਰਹੇ ਸੀ, ਪੰਜਾਬ ਵਿੱਚ ਤਾਂ ਕਰ ਹੀ ਰਹੇ ਸੀ, ਬਾਕੀ ਸਾਰੇ ਸੂਬੇ ਵਿੱਚ ਵੀ ਕਿਸਾਨ ਖੁਦਕੁਸ਼ੀ ਕਰ ਰਹੇ ਸੀ, ਕਿਸਾਨਾਂ ਲਈ ਕੋਈ ਵੱਡਾ ਕਦਮ ਤੁਹਾਡੀ ਸਰਕਾਰ ਨੇ ਨਹੀਂ ਚੁੱਕਿਆ। ਕੁੱਲ ਮਿਲਾ ਕੇ ਜਿਹੜਾ ਸਿਨੈਰੀਓ ਜਿਹੜਾ ਬਣਦਾ ਜਾ ਰਿਹਾ ਹੈ ਉਹ ਤੁਹਾਡੀ ਸਰਕਾਰ ਹੁਣ ਜਾਣ ਵਾਲੀ ਹੋ ਗਈ ਹੈ, ਹਜੇ ਵੀ ਤੁਸੀਂ ਕਹੀ ਜਾਂਦੇ ਹੋ ਕਿ ਨਹੀਂ ਸਾਡੀ ਸਰਕਾਰ ਬਹੁਤ ਕੁਝ ਕਰ ਰਹੀ ਹੈ? ਦੇਖੋ ਸਵਾਮੀਨਾਥਨ ਕਮਿਸ਼ਨ ਦੀ ਜਿਸ ਤੱਕ ਰਿਪੋਰਟ ਹੈ, ਮੌਜੂਦਾ ਜਿਹੜੀ ਫਾਈਨੈਂਸ਼ੀਅਲ ਪੋਜੀਸ਼ਨ ਹੈ ਮੁਲਕ 'ਚ ਉਹਦੇ 'ਤੇ ਪੂਰੀ ਤਰ੍ਹਾਂ ਉਹਨੂੰ ਲਾਗੂ ਨਹੀਂ ਕੀਤਾ ਜਾ ਸਕਦਾ, ਇਹ ਗੱਲ ਅਸੀਂ ਮੰਨਦੇ ਹਾਂ, ਲੇਕਿਨ ਬਹੁਤ ਹੱਦ ਤੱਕ ਕੁਛ ਮੈਨੀਫੈਸਟੋ ਵਿੱਚ ਲਿਖਣ ਦਾ ਮਤਲਬ ਪੰਜਾਬ ਦੇ ਸੰਦਰਭ 'ਚ ਬੋਲੀ ਦੇ ਰਹੇ ਸੀ, ਨਹੀਂ ਨਹੀਂ ਜੁਮਲੇਬਾਜ਼ੀ ਸੀ, ਜੁਮਲੇਬਾਜ਼ੀ ਸੀ, ਮੈਂ ਕਹਿ ਰਿਹਾ ਵੀ 15 ਲੱਖ ਖਾਤੇ ਚੜਾ ਜੁਮਲੇਬਾਜ਼ੀ ਸੀ, ਜੁਮਲੇਬਾਜ਼ੀ ਦਾ ਜਿਹੜਾ ਰੇਟ ਵਧਿਆ MSP ਇਤਿਹਾਸ 'ਚ ਪਹਿਲੀ ਵਾਰ ਵਧਿਆ, ਪੈਂਟੀ ਦਾ ਜਿਹੜਾ MSP ਵਧਿਆ ਉਹ ਵੀ ਜੇ ਪੰਜਾਬ ਦੇ ਪ੍ਰੋਫੈਸਰ ਗਿਆਨ ਸਿੰਘ ਜ਼ਿਆਦਾ ਬੈਟਰ ਦੱਸ ਸਕਦੇ ਆ, ਜ਼ਿਆਦਾ ਬੈਟਰ ਦੱਸ ਸਕਦੇ ਆ, ਮੈਂ ਇਹ ਨਹੀਂ ਕਹਿੰਦਾ, ਲੇਕਿਨ ਸਾਰੇ ਮੁਲਕ ਦਾ ਜਿਹੜਾ ਫਾਈਨੈਂਸ਼ੀਅਲ ਸਟਰਕਚਰ ਹੈ ਉਹਨੂੰ ਵੀ ਦੇਖਣਾ ਪੈਣਾ ਹੈ, ਉਹਦੇ ਹਿਸਾਬ ਨਾਲ ਸਰਕਾਰ ਨੇ ਆਪਣੇ ਰਿਸੋਰਸਿਸ ਦੇ ਹਿਸਾਬ ਨਾਲ ਸੁਣ ਮਾਰ ਰਹੇ ਹਾਂ, ਤੁਹਾਡੇ ਕੋਲ ਆ ਰਹੇ ਹਾਂ, ਇੱਕ ਮਿੰਟ, ਇਹ ਗੱਲ ਗਿਆਨ ਸਿੰਘ ਇਹ ਸਵਾਲ ਦਾ ਜਵਾਬ ਜ਼ਰੂਰ ਦੇ ਦਿਓ, ਇਹ ਜਿਹੜੇ ਇਹ ਅੰਕੜੇ ਗਣਾਉਂਦੇ ਆ, ਦੋ ਗੱਲਾਂ ਬਹੁਤ ਬਰੀਫ ਨੇ। ਹਾਂਜੀ, ਪਹਿਲੀ ਗੱਲ ਤਾਂ ਕਾਰਪੋਰੇਟ ਮਾਡਲ ਇਹ ਲੈ ਕੇ ਨਹੀਂ ਆਏ, ਇਹਨਾਂ ਨੇ 20-21 ਕੀਤਾ, ਉਹ ਤਾਂ 1991 ਤੋਂ UPA ਨਾਲ ਸ਼ੁਰੂ ਹੋ ਗਿਆ ਸੀ, ਹੈ ਨਾ। ਇੱਕ ਉਸ ਤੋਂ ਬਾਅਦ ਜਿਹੜੀ ਵੀ ਸਰਕਾਰ ਆਈ, ਚਾਹੇ ਅਟਲ ਬਿਹਾਰੀ ਵਾਜਪਾਈ ਦੀ ਆਈ, ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਦੀ ਇੱਕ ਬਹੁਤ ਵੱਡੀ ਜਿਹੜੀ ਹੈਗੀ ਲੋਕਾਂ ਨੂੰ ਹਲੂਣਾ ਦਿੱਤਾ ਹੈ, ਉਹ ਪੈਨਸ਼ਨ ਖੋਈ ਹੋਈ ਹੈ, ਨਵੀਂ ਪੈਨਸ਼ਨ ਸਕੀਮ ਦਿੱਤੀ ਹੈ, ਨਵੀਂ ਪੈਨਸ਼ਨ ਸਕੀਮ ਤਾਂ ਲੋਕਾਂ ਦਾ ਪੈਸਾ ਸ਼ੇਅਰ ਮਾਰਕੀਟ 'ਚ ਲਾ ਕੇ ਲੁੱਟ ਕੇ ਉਹਨਾਂ ਨੂੰ ਮਤਲਬ ਬੁਢਾਪੇ 'ਚ ਰੋਲਣ ਵਾਲੀ ਗੱਲ ਹੈ। ਅਤੇ ਬਾਕੀ ਜਿਹੜੀ ਗੱਲ ਕਰ ਰਹੇ ਨੇ ਇਹ ਵੀ ਇਹਨਾਂ ਨੇ ਕਿਹਾ ਆਪਣੇ ਕੰਗ ਸਾਹਿਬ ਨੇ ਕਿ ਇਹਨਾਂ ਨੇ ਵੱਧ ਪ੍ਰਾਈਸਿਸ ਦਿੱਤੀਆਂ, ਅਸ਼ੋਕ ਗੁਲਾਟੀ ਦਾ ਸਰ ਕੁਛ ਹੋਰ ਕਹਿ ਰਿਹਾ ਹੈ, ਉਹ ਤਾਂ ਕਹਿੰਦਾ 45 ਲੱਖ ਕਰੋੜ ਦੇ ਹਿਡਨ ਟੈਕਸਿਸ ਲੱਗ ਗਏ, ਜਿਹੜੇ ਸਬਸਿਡੀ ਦਾ ਰੌਲਾ ਪਾਉਂਦੇ ਉਹ ਨੈਗੇਟਿਵ ਸਬਸਿਡੀ ਹੈ, ਨਾ ਤੁਹਾਡੇ ਵਾਲਿਆਂ ਨੇ ਨਾ ਦੂਜਿਆਂ ਨੇ ਕਿਸੇ ਨੇ ਵਰਕਿੰਗ ਕਲਾਸ ਵਰਗੇ ਖਾਸ ਕਰਕੇ ਕਿਸਾਨੀ ਬਾਰੇ ਸੋਚਿਆ ਨਹੀਂ। ਕਿਸਾਨੀ ਬਾਰੇ ਮੈਂ ਇੱਕ ਮੋਟਾ ਜਿਹਾ ਅੰਕੜਾ ਦੇ ਦਿੰਦਾ, ਦੇਸ਼ ਦੇ 50% ਕਿਸਾਨ ਹੈ, ਉਹਨਾਂ ਨੂੰ ਰਾਸ਼ਟਰੀ ਆਮਦਨ 'ਚੋਂ 13.9% ਦਿੱਤਾ ਜਾਂਦਾ ਹੈ। ਜੇ ਪ੍ਰੋਫੈਸਰ ਅਰੁਣ ਕੁਮਾਰ ਦੀ ਸਟੱਡੀ ਲੈ ਲਈਏ ਬਲੈਕ ਮਨੀ ਵਾਲੀ, ਤਾਂ ਉਹਦਾ ਹਿੱਸਾ ਸਿਰਫ 8% ਰਹਿ ਜਾਂਦਾ, ਕਿਉਂਕਿ ਇਹਨਾਂ ਦਾ ਸਾਲ ਛਮਾਹੀ ਬਾਅਦ ਦਰਸ਼ਨ ਹੁੰਦੇ ਧੰਨ ਦੇ, ਜੇ ਕੋਈ ਕੁਦਰਤੀ ਕਰੋਪੀ ਨਾ ਆਵੇ। ਹੁਣ ਸੰਗਰੂਰ ਡਿਸਟ੍ਰਿਕਟ 'ਚ
ज़्यादा गड़े पे ने 3120 एकड़ तबाह हो गए उन्होंने धन के दर्शन भी नहीं उन्होंने काला धन कितने होगा जब 50% लोगों 8% असं हिस्सा देवे तो वह गरीब हो गए जी कीमत वधाने की गल करते हो जरूर कीमत वधी है ये कोई शक नहीं पर जे कॉस्ट ऑफ प्रोडक्शन है उदो छड़प्पे मार दी कितने अगर किसान होर गरीब सारे एको इस हमाम में जोड़े है ना सारे सियासतदान क्यों नंगे नजर आते हैं सू जो किसान की गल आती है कोई भी अजिहा नजर नहीं आता जिसने कोई बेहतर कदम चुकया हो क्योंकि सारे कपड़े लत्थे नंगे ही होंगे जो कपड़े लाने बंद आ जाए तो फिर नंगा ही होना है मैं जी गल कहनी चाहना जिसे तो मैं टाइम मंगता ब्रीफली गो ऑन टू दैट सरदार इकबाल सिंह कह रहे थे जी भी दिल्ली का बजट 31,000 तो 53,000 करोड़ आया पंजाब का बजट बजट 45,000 करोड़ दस दिए जो 35,000 करोड़ साढ़े को 10,000 सू जो तुम कहा बेसिक एग्जाम्पल मतलब दिल्ली एडी स्टेट है वह बजट जो फिर भी साढ़े ज्यादा पंजाब नालों बॉर्डर स्टेट है सेंसिटिव स्टेट है सानू जिमें कहा अपने प्रोफेसर साहब ने डॉक्टर ज्ञान सिंह होर ने कि 70 तो लैके हुण तक जिन्ना पैसा इस बॉर्डर स्टेट के डिस्टर्बड एरिया एक्ट के तहत जिनी इतने फोर्स भेजी गई जिन्ना किया सारे का सारा खर्चा चक के पंजाब स्टेट के उत्ते पाता ठीक है जी पहला सब तो नहीं सारी मन रहे हो तो एक्सपर्ट भी मन रहे कि वो 2,00,000 करोड़ रुपया का खर्चा तुम की देखते हो 2,00,000 करोड़ रुपया वादा अभी दे चुके हैं सेंटर नूं इन ल्यू ऑफ मेनटेनिंग दोज पीपल हेयर वैन ये क्लेम करते हैं भी 6 महीनों के KPS गिल ने सारा आतंकवाद खत्म करता सारा कुछ सुख शांत हो गया तो उस तो बाद कंपनसेट करूगा कौन करूगा कि कश्मीर के जो फोर्सेज है उन्होंने कंपनसेशन कश्मीर तो ली जा रही है उत्थे सबसिडियां भी दे रहे हैं उन्होंने तुम स्पैशल पैकेजेस भी दे रहे हैं जी असं मंगन गए हैं पंजाब की त्रासदी की है सेंट्रल गवर्नमेंट जी है इतने वसदे सिख मैं कहना नहीं चाहता इतने वसदे सिख इतने जो हिंदू भी वसते 90% सिख ही ने इन द सेंस के वी आर पंजाबीज एंड पंजाबी अणखी हुंदा पंजाबी किसी के अगे हथ कटदा नहीं लेकिन इन्होंने अकालिया ने लैके ना नीले कार्ड आटा दाल स्कीम है जी बड़ी अच्छी की है वो जट लाइन च खड़ा करता और तरले कड़ता फिर भी भोरा दाने मैनू भी दे दो दाने लोगों को देने वाला हथ टन लाता इन्होंने लेकिन अज का जो मुद्दा आप तो भटकी ना अज का मुद्दा यह है कि पंजाब किवें वित्तीय हालत चो निकलूगा कोई भी बिजनेस कोई भी स्टेट कोई भी फाइनैशियल सिचुएशन चो निकल वास्ते यू हैव टू हैव अ बैलेंस शीट के इनकम इन्नी है आउटपुट इन्नी है साड़ी खर्चा इन्ना हुण उहदे च इनकम जे घट है खर्चा ज्यादा इनकम वधाउण वास्ते की कर सकती है सरकार एक कि जिहड़ियां तां साडियां हैगियां वेलफेयर चीज़ां हैल्थ है एजुकेशन है इहदे च असीं पैसे बना नहीं सकते वी हैव टू स्पेंड लेकिन जिथे एक्साइज है जिथे साडियां अदर टैक्सेशन है जिथे साडियां लोकल गवर्नमेंट्स है जिथे अज हुण ये ते भी बहुत बहस चलनी है जी इल्जाम लगन गए कि उन्होंने रजिस्ट्रेशन फीस दुगनी करती रजिस्ट्रेशन फीस दुगनी करन दे नाल एक्चुअली रियलिटी सैक्टर जिहड़ा है उहदे च होर डाउन जाऊगा इन द सेंस के लोगों ने रजिस्ट्रियां नहीं करवाउणी गईआं कौन कराऊगा वह व्यापार जिहड़ा खरीददारा घटूगा लेकिन करिए कि जे पेट्रोल दे उत्ते असी नहीं घटाई एक्साइज तां रौला पै गया जी सारे मुल्क च घटाती किन्ने च घटाती 8 दिन बाद चक के फिर उत्थे करता डॉक्टर संधू एक मिनट गैस सिलेंडर जिहड़ा दिंदे आ फ्री मैं छड्डिया गैस सिलेंडर ठीक है सवाल सीधा जाए सरकार कोल कोई सोल्यूशन है हैगा जे ये लोगों नू भी ते सरकार नू भी ते सेंटर दी सरकार नू खास करके एक कौड़ा घुट पीना पैना है कि असी कांग्रेस मुक्त भारत का जो नारा दिता है तो जो पंजाब साडियां नाल पूछ चुकाती है ते असी सेंटर भी सारियां और ये सरकार भी सारियां पार्टियां सरकार आ रही ने साडी भी बॉर्डर स्टेट है साडी सेंसिटिव स्टेट है बिल्कुल वी डिजर्व अ पैकेज बिल्कुल पंजाब डिजर्व अ पैकेज पर सेंटर भी जदों यूपीए दी सरकार सीगी उदों भी डिजर्व करदा सी पंजाब पैकेज उदों भी हिमाचल नू दे दित्ता गया सी एक छोटे जे ब्रेक तो बाद वापस आ रहे हैं बहस जारी रहेगी चर्चा जारी रहेगी डॉक्टर जगवंत सिंह कोले जाने की कोशिश करांगे कि ये जिहड़ा सिनेरियो हैगा इस दे विच हुण सोल्यूशन की निकलेगा कि वाकई पंजाब जिहड़ा हैगा वित्तीय संकट के कंडे ते खड़ा है एक छोटे जे ब्रेक तो बाद छेती वापस आ रहे हैं किवें भरेगा पंजाब का खजाना इस सवाल का जवाब लभण की कोशिश कर रहे हैं और सब तो वड्डा सवाल यही है कि कौन सी सियासी नीति पंजाब के खजाने नूं नीवा करन दे लई जिम्मेवार है डॉक्टर जगवंत सिंह की सूबे की वित्तीय हालत के लिए जिहड़ा वितकरा हैगा सिर्फ यही जिम्मेवार है या बाकी कोई वजह भी नज़र आती है देखो वितकरा तो डेफिनेटली है मैं इतों तुहाडी गल शुरू करदा असीं हुण 15वें फाइनेंस कमीशन तो पैकेज की गल कर रहे हैं थोड़ा जिहा पिछे जाइए तो 14वें फाइनेंस कमीशन के विच भी पंजाब दी पैकेज की गल चली सी ते ओ यूपीए दे सरकार दे टाइम ते तकरीबन सारे जिहड़े इकोनॉमिक्स दे जर्नल आ उन्हां दे विच गल आउणी शुरू हो गई सी कि 3 स्टेट नूं फाइनैंशियल पैकेज मिलिआ जिहदे च इक पंजाब है पर जदों सरकार बदलदी है जदों एनडीए दी सरकार आउंदी है तां ओह पैकेज दी गल बिल्कुल उड़ जांदी है और ओह पैकेज ना देण दी जस्टिफिकेशन अरुण जेटली देंदे आ वी क्योंकि पंजाब किसानां नूं मुफ्त बिजली पानी दे रहा उस टीके दी सबसिडी दे रहा इस करके इहनां नूं पैकेज दी लोड़ नहीं
ਉਹ ਇਸ ਗੱਲ ਨੂੰ ਭੁੱਲ ਜਾਂਦੇ ਆ ਕਿ ਉਸ ਮੌਕੇ ਪੰਜਾਬ 'ਚ ਵੀ NDA ਸਰਕਾਰ ਸੀ ਅਤੇ ਕੇਂਦਰ ਵਿੱਚ ਵੀ NDA ਸਰਕਾਰ ਸੀ। ਇੱਕ ਜੋ ਕਰ ਰਿਹਾ, ਦੂਜਾ ਉਹਨੂੰ ਇਲਜ਼ਾਮ ਦੇ ਕੇ ਪੰਜਾਬ ਦਾ ਨੁਕਸਾਨ ਕਰ ਰਿਹਾ। ਮੈਨੂੰ ਉਹ ਗੱਲ ਬਹੁਤ ਅਜੀਬ ਲੱਗੀ ਸੀ। ਮੈਂ ਜੋ ਬਜਟ ਦੀ ਸਪੀਚ ਸੁਣੀ ਤਾਂ ਮੈਨੂੰ ਬਹੁਤ ਅਫਸੋਸ ਹੋਇਆ ਸੀ ਕਿ ਪੰਜਾਬ ਦਾ ਇਸ ਤਰੀਕੇ ਦਾ ਵਿਤਕਰਾ ਹੋ ਰਿਹਾ। ਵਿਤਕਰਾ ਕਈ ਤਰੀਕੇ ਦਾ ਹੋਇਆ, ਪਰ ਵਿਤਕਰਿਆਂ ਨਾਲੋਂ ਵੀ ਇੱਕ ਵੱਡੀ ਗੱਲ ਹੈ ਕਿ ਜਿਹੜੀ ਸਿਆਸੀ ਪਾਰਟੀਆਂ ਉਹ ਬਦਲਦੇ ਆਰਥਿਕ ਹਾਲਾਤ ਦੇ ਤਰਫ ਬਿਲਕੁਲ ਧਿਆਨ ਨਹੀਂ ਦਿੰਦੀਆਂ। ਔਰ ਮੈਂ ਦੋਨੇ ਸਰਕਾਰਾਂ ਬਾਰੇ ਕਹੂੰਗਾ ਕਿ ਚਾਹੇ ਉਹ ਕੈਪਟਨ ਸਰਕਾਰ ਹੈ ਚਾਹੇ ਬਾਦਲ ਸਰਕਾਰ ਹੈ, ਉਹਨਾਂ ਨੇ ਐਕਸਪਰਟਸ ਦੇ ਓਪੀਨੀਅਨ ਨੂੰ ਜਾਂ ਤਾਂ ਲਿਆ ਨਹੀਂ ਅਤੇ ਜਾਂ ਸੁਣ ਕੇ ਇਗਨੋਰ ਕੀਤਾ। ਮੈਂ ਤੁਹਾਨੂੰ ਇਹਦੀ ਇੱਕ ਐਗਜ਼ਾਮਪਲ ਦੇਣ ਲੱਗਿਆ ਕਿ ਪੰਜਾਬ ਖੇਤੀ 'ਤੇ ਡਿਪੈਂਡੈਂਟ ਹੈ, ਉਹਦੇ ਹਿਸਾਬ ਦੇ ਨਾਲ ਜੋ ਕਰਨਾ ਸੀ ਉਸ ਕਿਸੇ ਸਰਕਾਰ ਨੇ ਨਹੀਂ ਕੀਤਾ। ਇੰਡਸਟਰੀ ਸਾਡੀ ਸ਼ਿਫਟ ਕੀਤੀ, ਦੂਜੀ ਗੱਲ ਹੈ। ਉਸ ਤੋਂ ਬਾਅਦ ਅਸੀਂ ਸਰਵਿਸ ਸੈਕਟਰ ਦੇ ਵਿੱਚ ਗਰੋ ਕਰ ਸਕਦੇ, ਅਸੀਂ ਉਹਦੇ ਲਈ ਕੁਛ ਨਹੀਂ ਕੀਤਾ। ਇਸ ਨੂੰ ਮੈਂ ਕਹਿ ਰਿਹਾ ਕਿ ਜਦ ਤੱਕ ਪੰਜਾਬ ਦੀ ਇਕੋਨਮੀ 'ਚ ਸਟਰਕਚਰਲ ਚੇਂਜਿਸ ਦਾ ਕੋਈ ਡਿਜ਼ਾਈਨ ਨਹੀਂ ਬਣਾਉਂਦਾ ਔਰ ਉਹਦੇ ਨਾਲ ਕਮਿਟ ਨਹੀਂ ਕਰਦਾ, ਪੰਜਾਬ ਦੀ ਰਿਕਵਰੀ ਨਹੀਂ ਹੋਣੀ। 20 ਸਾਲ ਬਾਅਦ ਵੀ ਜਿਹੜੇ ਸਾਡੇ ਨੇ ਇਸ ਸੀਟਾਂ 'ਤੇ ਬੈਠੇ ਹੋਣਗੇ ਉਹ ਇਹੀ ਗੱਲਾਂ ਡਿਸਕਸ ਕਰ ਰਹੇ। ਡਾਕਟਰ ਜਗਵੰਤ ਸਿੰਘ, ਸਵਾਲ ਇੱਕ ਹੋਰ ਹੈ, ਜਿਹੜੇ ਫਾਈਨੈਂਸ ਮਿਨਿਸਟਰ ਆਉਂਦੇ ਆ ਪੰਜਾਬ ਦੇ, ਕੀ ਵਾਕਈ ਉਹ ਇਸ ਲੈਵਲ ਦੇ ਹੈਗੇ ਕਿ ਉਹ ਐਕਸਪਰਟ ਓਪੀਨੀਅਨ ਨੂੰ ਸਮਝ ਪਾਉਣ? ਜਿਹੜੇ ਕਿਤੇ ਸ਼ੋ ਨਹੀਂ ਹੋ ਰਹੀਆਂ, ਜਿਹੜੀ ਬਜਟ ਵਿੱਚ ਵੀ ਇਹਦਾ ਕੋਈ ਪ੍ਰੋਵੀਜ਼ਨ ਨਹੀਂ ਕੀਤਾ ਜਾ ਰਿਹਾ। ਜਦੋਂ ਤੁਸੀਂ ਮੁਲਾਜ਼ਮਾਂ ਦੇ ਦੂਜਿਆਂ ਦੀਆਂ ਤਨਖਾਹਾਂ, ਉਹਨਾਂ ਦੇ ਦਿੱਤੇ DA, ਉਹਨਾਂ ਦੇ ਹੋਰ ਜਿਹੜੇ ਡਿਊਜ਼ ਆ ਉਹਨਾਂ ਨੂੰ ਜਿਹਨੇ ਵਿਦਹੋਲਡ ਕੀਤਾ ਹੋਇਆ ਔਰ ਜਦੋਂ ਕੋਰਟ ਦੇ ਫੈਸਲੇ ਆ ਕੇ ਉਹ ਲਾਗੂ ਹੋਣੇ ਆ, ਤਾਂ ਫਿਰ ਇਹ ਨਹੀਂ ਕਰਨਾ ਵੀ 3000 ਕਰੋੜ ਦੀ ਲਾਇਬਿਲਟੀ ਬਣ ਗਈ, 7500 ਕਰੋੜ ਦੀ ਲਾਇਬਿਲਟੀ ਬਣ ਗਈ, ਉਸ ਨੂੰ ਕਿੱਦਾਂ ਮੀਟ ਕਰਨਾ ਇਹ ਕੋਈ ਨਹੀਂ ਸੋਚ ਰਿਹਾ। ਮੈਂ ਇਸ ਗੱਲ ਨੂੰ ਇਸ ਕਰਕੇ ਕਹਿ ਰਿਹਾ ਕਿ ਦੋਨਾਂ ਵਿੱਚ ਮੈਨੂੰ ਫਰਕ ਨਜ਼ਰ ਨਹੀਂ ਆਇਆ। ਜੇ ਮਨਪ੍ਰੀਤ ਬਾਦਲ ਅਤੇ ਕੈਪਟਨ ਸਾਹਿਬ ਨੇ ਗੱਲ ਇਸ ਬਜਟ ਦੀ ਪੇਸ਼ ਹੋਣ ਤੋਂ ਪਹਿਲਾਂ ਕਹੀ ਹੁੰਦੀ GST ਤੋਂ ਬਾਅਦ ਕਿ ਪੰਜਾਬ ਲਈ ਇਸ ਹੋ ਸਕਦਾ ਕਿ ਸਿਚੁਏਸ਼ਨ ਸੁਖਾਵੀ ਨਾ ਹੋਵੇ, ਪਰ ਉਸ ਮੌਕੇ ਉਹਨੇ ਬੜੇ ਕੁੱਦ ਕੇ ਵੈਲਕਮ ਕੀਤਾ, ਸਾਨੂੰ ਫਾਇਦਾ ਹੋਇਆ। ਉਹ ਇਹ ਸ਼ੋ ਕਰਦਾ ਕਿ ਇਹਨਾਂ ਨੂੰ ਅੰਡਰਸਟੈਂਡਿੰਗ ਨਹੀਂ। ਮੈਂ ਇੱਕ ਮੋਟੇ ਦੇ ਇੱਕ ਆਂਕੜੇ ਉੱਤੇ ਲਗਾ ਰਿਹਾ ਸੀ ਕਿ ਨਹੀਂ ਹੋ ਸਕੇਗਾ, ਜੇ ਮੈਂ ਇੱਕ ਨਿਊਜ਼ ਪੇਪਰ ਦੀ ਸਟੱਡੀ ਤੋਂ ਲਗਾ ਸਕਦਾ ਤਾਂ ਇਹਨਾਂ ਕੋਲ ਤਾਂ ਸਾਰੇ ਐਕਸਪਰਟ ਬੈਠੇ ਆ। ਉਹ ਮੈਨੂੰ ਹੁਣ ਵੀ ਕਮੀ ਨਜ਼ਰ ਆ। ਅਸੀਂ ਖਜ਼ਾਨਾ ਮੰਤਰੀ ਬਦਲ ਲਈਏ ਜਾਂ ਖਜ਼ਾਨਾ ਨੀਤੀ ਬਦਲ ਦਈਏ? ਖਜ਼ਾਨਾ ਮੰਤਰੀ ਬਦਲਣਾ ਕੋਈ ਵੱਡੀ ਗੱਲ ਨਹੀਂ ਬਣਨੀ ਹੈਗੀ। ਰੌਲਾ ਤਾਂ ਹੈ ਕਿ ਇੱਕ ਮੈਂ ਹੋਰ ਛੋਟਾ ਜਿਹਾ ਫੈਕਟ ਦੇਵਾਂ, ਫਾਈਨੈਂਸ ਕਮਿਸ਼ਨ ਦੀ ਡਿਸਕ੍ਰਿਮੀਨੇਸ਼ਨ ਪੰਜਾਬ ਨਾਲ, ਹੁਣ 15ਵਾਂ ਫਾਈਨੈਂਸ ਕਮਿਸ਼ਨ ਹੈ, 12ਵਾਂ 13ਵਾਂ 14ਵਾਂ, 15 ਮੇਜਰ ਸਟੇਟ ਦੇ ਜਿਹੜੀ ਦਿੰਦੇ ਨੇ ਇਹ ਰਿਲੀਫ, ਉਹਦੇ ਅੰਕੜੇ ਨੇ। ਅਸੀਂ ਪਿਛਲੀਆਂ 3 ਸਟੇਟਾਂ 'ਚ ਹੈ ਹਮੇਸ਼ਾ ਹੀ। ਤੁਸੀਂ ਦੇਖੋ ਕਿੱਡੀ ਵੱਡੀ ਡਿਸਕ੍ਰਿਮੀਨੇਸ਼ਨ ਹੈ, ਪੰਜਾਬ ਦੀ ਕੰਟਰੀਬਿਊਸ਼ਨ ਕਿੰਨੀ ਜ਼ਿਆਦਾ ਹੈਗੀ। ਰੌਲਾ ਤਾਂ ਹੈ, ਮੈਨੂੰ ਲੱਗਦਾ ਕਿ ਮੰਤਰੀ ਬਾਅਦ 'ਚ, ਪਹਿਲਾਂ ਜਿਹੜਾ ਸਾਡਾ ਫੈਡਰਲ ਸੈਟਅਪ ਹੈ ਉਹਨੂੰ ਸਟਰੈਂਥਨ ਕਰਨਾ ਪਊਗਾ, ਉਹ 'ਚ ਫਾਈਨੈਂਸ਼ੀਅਲ ਫੈਡਰਲਿਜ਼ਮ ਵੀ ਲਿਆਉਣਾ ਪਊਗਾ। ਜਿਵੇਂ ਇਹ ਹੁਣ ਦੇ ਫਾਈਨੈਂਸ ਮਿਨਿਸਟਰ ਜਿਹੜੇ ਪਹਿਲੇ ਅਕਾਲੀਆਂ ਦੇ ਵੀ ਸੀ, ਉਸ ਮੌਕੇ ਵੀ ਇਹ ਕਹਿੰਦੇ ਸੀ ਕਿ ਸਾਨੂੰ ਸਾਰਾ ਕੁਝ ਸਰੈਂਡਰ ਕਰ ਦੇਣਾ ਚਾਹੀਦਾ ਸੈਂਟਰ ਨੂੰ। ਹੁਣ ਵੀ ਇਹਨਾਂ ਨੇ GST ਸਰੈਂਡਰ ਕਰਕੇ ਵੱਡੇ ਦਾਅਵੇ ਕੀਤੇ ਸੀ, ਹੁਣ ਉਹ ਠੂਠਾ ਫੜਨ ਵਾਲੀ ਸਾਡੀ ਹਾਲਤ ਹੋ ਗਈ। ਇਸ ਲਈ ਜਦ ਤੱਕ ਫੈਡਰਲ ਸੈਟਅਪ ਨੂੰ ਆਪਾਂ ਸਟਰੈਂਥਨ ਨਹੀਂ ਕਰਦੇ, ਕਮਿਟਮੈਂਟ ਵਾਲੇ ਬੰਦੇ ਨਹੀਂ ਲਿਆਉਂਦੇ, ਅਤੇ ਫਿਰ ਜਿਹੜੀ ਉਹ ਰਾਇ ਹੈ ਉਹ ਸਰਕਾਰੀ ਦਰਬਾਰੀ ਜੁਗਾੜੀ ਅਰਥ ਵਿਗਿਆਨੀਆਂ ਤੋਂ ਨਾ ਲੈਣ, ਉਹ ਲੋਕਾਂ ਦੇ ਬੰਦਿਆਂ ਤੋਂ ਲੈਣ, ਉਹਦਾ ਕਾਰਪੋਰੇਟ ਵਾਲਿਆਂ ਤੋਂ ਲੈਂਦੇ ਨੇ। ਇਹਦੇ ਵਿੱਚ ਇਕੱਲਾ ਸਾਡਾ ਇੱਥੋਂ ਵਾਲਾ ਜਿਹੜਾ ਵਿੱਤ ਮੰਤਰੀ ਹੈ ਜ਼ਿੰਮੇਵਾਰ ਨਹੀਂ, ਅਸੀਂ ਤਾਂ ਯੋਜਨਾ ਕਮਿਸ਼ਨ ਦਾ ਨੀਤੀ ਆਯੋਗ ਬਣਾਤਾ, ਉਹ ਕਾਰਪੋਰੇਟ ਜਿਹੜੇ ਹੈਗੇ ਉਹਨਾਂ ਲਿਆ ਕੇ ਉੱਥੇ ਵਾੜਤਾ। ਇਸ ਲਈ 1991 ਤੋਂ ਬਾਅਦ ਸਾਰੇ ਇੱਕੋ ਜਿਹੇ ਲਿਬੜੇ ਹੋਏ ਨੇ, ਪਰ ਇਹਨੂੰ ਲੋੜ ਹੈ ਕਿ ਜੇ ਸਾਡੀਆਂ ਸਰਕਾਰਾਂ ਜਵਾਬਦੇਹ ਹੋਣਗੀਆਂ ਤਾਂ ਅਸੀਂ ਕਿਸੇ ਠੀਕ ਪਾਸੇ ਜਾ ਸਕਾਂਗੇ। ਸਰਕਾਰਾਂ ਦੇ ਜਵਾਬ ਦੇਣ ਲਈ ਮੈਂ ਇੱਕ ਔਖੀ ਜਿਹੀ ਗੱਲ ਕਹਿਣਾ, ਸਾਡੇ ਕੋਲ ਪੋਲੀਟੀਕਲ ਪਾਰਟੀ ਦੇ ਨੁਮਾਇੰਦੇ ਨੇ ਜਿਹੜੇ ਨਾਲ ਇਲੈਕਸ਼ਨ ਮੈਨੀਫੈਸਟੋ ਹੈ ਉਹਨੂੰ ਲੀਗਲ ਡਾਕੂਮੈਂਟ ਬਣਾ ਦੇਣ, ਜਾਂ ਲੀਗਲ ਡਾਕੂਮੈਂਟ ਬਣ ਗਿਆ ਸਾਡੀਆਂ ਬਹੁਤੀਆਂ ਪ੍ਰੋਬਲਮ ਕਰਨਾ ਪਏਗਾ। ਇਕਬਾਲ ਸਿੰਘ ਜੀ, ਇਹ ਇੱਕ ਖੁਦਮੁਖਤਿਆਰੀ ਜਿਹੜੀ ਗੱਲ ਹੋ ਰਹੀ ਹੈ ਫਾਈਨੈਂਸ਼ੀਅਲ ਲੈਵਲ 'ਤੇ ਵੀ, ਤੁਹਾਡੇ ਤਾਂ ਪਾਰਟੀ ਦੇ ਅੰਦਰ ਹੀ ਖੁਦਮੁਖਤਿਆਰੀ ਦਾ ਬੜਾ ਪੰਗਾ ਪਿਆ ਹੋਇਆ। ਨਹੀਂ ਚਲੋ, ਪਾਰਟੀ ਦੀ ਆਪਾਂ ਫਿਰ ਕਿਤੇ ਗੱਲ ਕਰ ਲਈਏ। ਅੱਜ ਜਿਹੜੀ ਗੱਲ ਹੋ ਰਹੀ ਨਾ, ਇੱਕ ਬੜੀ ਚਿੰਤਾ ਦਾ ਵਿਸ਼ਾ ਹੈ, ਇਹਦੇ 'ਤੇ ਆਪਾਂ ਨੂੰ ਮੈਂ ਕਹਿੰਦਾ ਪਹਿਲਾਂ ਡਿਸਕਸ਼ਨ ਕਰ ਲਈਏ। ਜਿਉਂ ਗਿਆਨ ਸਿੰਘ ਜੀ ਨੇ ਕਿਹਾ, ਮੈਂ ਇਤਫਾਕ ਰੱਖਦਾ ਪੂਰਾ। ਦੇਖੋ, ਪ੍ਰੈਕਟੀਕਲ ਬੰਦਿਆਂ ਤੋਂ ਤੁਸੀਂ ਲਓ, ਹੁਣ ਮੈਂ ਖੇਤੀਬਾੜੀ ਨਾਲ ਸੰਬੰਧਿਤ ਹੈ, ਮੈਂ ਤੁਹਾਨੂੰ ਇੱਕ ਮਿੰਟ ਗੱਲ ਪੂਰੀ ਕਰ ਲੈਣ। ਮੈਂ ਹੁਣ ਤੁਹਾਨੂੰ ਦੱਸਦਾ, ਇੱਕ ਵਾਰ 200 ਰੁਪਏ ਹਰ ਹਰ ਦੀ ਦਾਲਾਂ ਦਾ ਰੇਟ ਹੋ ਗਿਆ ਸੀ, ਪੂਰੀ ਹਾਹਾਕਾਰ ਮੱਚ ਗਈ ਸੀ। ਮੈਂ 1 ਕਿੱਲਾ ਬੀਜਤਿਆ, ਪ੍ਰੈਕਟੀਕਲ ਦੱਸਦਾ ਤੁਹਾਨੂੰ। ਮੈਂ ਉਹਨੂੰ ਵੇਚਣ ਵਾਸਤੇ ਵੀ 200 ਰੁਪਇਆ ਚਲੋ 150 ਤੋਂ ਵਿਕੂ ਮੇਰੀ, ਮੈਂ ਸਾਰੇ ਘੁੰਮ ਲਿਆ। ਫਿਰ ਮੈਨੂੰ ਦੱਸਿਆ ਵੀ ਮਾਰਕ ਫੈਡ ਬੰਦ ਡੱਬਾ ਦਾਲਾਂ ਵੇਚਦੀ ਹੈ, ਉਹਨੂੰ ਅਪਰੋਚ ਕਰੋ। ਮੈਂ ਮਾਰਕ ਫੈਡ ਵਾਲਿਆਂ ਨੂੰ ਫੋਨ, ਉਹ ਕਹਿੰਦੇ ਅਸੀਂ ਤਾਂ ਕੋਲਹਾਪੁਰ ਤੋਂ ਦਾਲ ਮੰਗਾਉਂਦੇ। ਮੈਂ ਕਿਹਾ, ਜਿਹੜੇ ਪੰਜਾਬ ਦੇ ਕਿਸਾਨ, ਇਹਨਾਂ ਤੋਂ ਕੌਣ ਖਰੀਦੂਗਾ? ਮੈਂ ਕਿਸਾਨ ਹਾਂ, ਮੈਂ ਕਿਆ ਗੁਨਾਹ ਕਰ ਲਿਆ? ਲਾਸਟ ਮੈਨੂੰ 50 ਰੁਪਏ ਕਿਲੋ ਨੂੰ ਉਹ ਮੰਡੀ 'ਚ ਸਿੱਟ ਕੇ ਆਉਣੀ ਪਈ ਹੈ, ਵੇਚੀ ਨਹੀਂ, ਮੇਰਾ ਖਰਚਾ ਨਹੀਂ ਪੂਰਾ ਹੋਇਆ। ਜਦੋਂ ਤੁਸੀਂ ਮਾਰਕ ਫੈਡ ਵਰਗਿਆਂ ਨੂੰ, ਤੁਸੀਂ ਦੇਖੋ ਉੱਦਾਂ ਤੁਸੀਂ ਮੰਡੀਆਂ 'ਚ ਵੇਚ ਦਿਓ,
ਸਾਡੇ ਕੋਲ ਇੰਡਸਟਰੀ ਤਾਂ ਹੈ ਨਹੀਂ, ਤੁਸੀਂ ਇੱਦਾਂ ਅਨਾਜ ਤਾਂ ਤੁਸੀਂ GST ਲਾ ਨਹੀਂ ਸਕਦੇ, ਤੁਸੀਂ ਉਹਨੂੰ ਫੂਡ ਪ੍ਰੋਸੈਸ ਕਰ ਦਿਓ, ਮਾਰਕਫੈਡ ਤੁਹਾਡੇ ਕੋਲ ਹੈਗੀ, ਉਹਦੀਆਂ ਏਜੰਸੀਆਂ ਖੋਲ੍ਹ ਦਿਓ, ਉਹੀ ਚੀਜ਼ ਨੂੰ ਹੁਣ ਹਰ ਹਰ ਦਾਲ ਨੂੰ ਦਲਣ ਦਾ ਕਿ 150 ਰੁਪਇਆ ਲੱਗਦਾ, 2 ਰੁਪਏ ਨਹੀਂ ਲੱਗਦੇ, ਕੋਲੇ ਤੋਂ ਮਸ਼ੀਨਾਂ ਆ ਜਾਂਦੀਆਂ, ਮੈਂ ਸਾਰਾ ਗੂਗਲ 'ਤੇ ਸਰਚ ਮਾਰਿਆ, ਤੁਸੀਂ ਉਹਨੂੰ ਮਾਰਕਫੈਡ ਨੂੰ ਦੇ ਦਿਓ ਮਸ਼ੀਨਾਂ, ਹਰ ਹਰ ਬੀਜ ਦਾ ਕਿੰਨਾ ਏਰੀਆ ਤੁਸੀਂ ਪੁਆਇੰਟ ਹੈਗਾ ਜਿਹੜਾ ਮੈਂ ਸੰਧੂ ਸਾਹਿਬ ਕੋਲ ਵੀ ਲੈ ਕੇ ਜਾਣਾ ਚਾਹੂੰਗਾ, ਨਾਲ ਹੀ ਕੰਗ ਸਾਹਿਬ ਕੋਲ ਵੀ ਲੈ ਕੇ ਜਾਣਾ ਚਾਹੂੰਗਾ, ਇਹ ਪ੍ਰੋਬਲਮ ਹੈਗੀ ਹੈ ਕਿਤੇ ਨਾ ਕਿਤੇ ਕਿ ਜਿਹੜਾ ਕਿਸਾਨ ਸਾਡਾ ਆਪਣਾ ਹੈਗਾ ਅਸੀਂ ਉਸਨੂੰ ਸਮਝ ਨਹੀਂ ਪਾ ਰਹੇ, ਅਸੀਂ ਬਾਹਰੋਂ ਜਾ ਕੇ ਚੀਜ਼ਾਂ ਲੈਣ ਲਈ ਤਿਆਰ ਹੋ ਰਹੇ ਹਾਂ। ਦੇਖੋ ਪਹਿਲਾਂ ਇੱਕ ਚੀਜ਼ ਨੂੰ ਸਮਝੋ, ਲੈਟ ਅਸ ਟਾਕ ਐਜ ਇੰਡੀਵਿਜੂਅਲਸ, ਹੁਣ ਪਾਰਟੀਆਂ ਨੂੰ ਇੱਕ ਦੋ ਮਿੰਟ ਵਾਸਤੇ ਛੱਡ ਦਿਓ, ਬੇਈਮਾਨੀ ਜਿਹੜੀ ਹੈ ਨਾ, ਗਰੀਡ ਇੱਕ ਰੂਟ ਕੌਜ਼ ਹੁੰਦਾ ਆਫ ਐਵਰੀਥਿੰਗ। ਆਈ ਐਮ ਨੋਟ ਸੇਇੰਗ ਇਹ ਸਮੁੱਚੀ ਗੌਰਮੈਂਟ ਜਿਹੜੀ ਹੈ ਗਰੀਡੀ ਹੁੰਦੀ ਹੈ, ਸਮਬਡੀ ਸਮਵੇਅਰ ਇਜ਼ ਨੋਟ ਡੂਇੰਗ ਵਟ ਹੀ ਇਜ਼ ਸਪੋਜ਼ਡ ਟੂ ਡੂ, ਠੀਕ ਹੈ, ਉਹ ਕੋਈ ਗੌਰਮੈਂਟ ਹੋਵੇ, ਹਰ ਗੌਰਮੈਂਟ, ਉਹ ਜਿਵੇਂ ਅਫਸਰ ਕਹਿੰਦੇ ਵੀ ਕਿੱਥੇ ਲਾਈਏ, ਜਿਵੇਂ ਉਹ ਵਜ਼ੀਰਾ ਕਹਿੰਦਾ ਸੀਗਾ ਵੀ ਮੁਖਵਿੰਦਰ ਸਿੰਘ ਨੇ ਹੋਰ ਕਿੱਥੇ ਲਾ ਦਈਏ, ਕਿੱਥੇ ਤਾਂ ਲਾਉਣਾ ਪਊਗਾ। ਨਾਉ ਦ ਥਿੰਗ ਇਜ਼, ਅੱਜ ਸਰਦਾਰਾ ਸਿੰਘ ਜੌਹਲ ਨੇ ਕੱਲ੍ਹ ਇੱਕ ਇੰਟਰਵਿਊ ਦਿੱਤੀ ਹੈ ਜਿਹਦੇ 'ਚ ਉਹਨਾਂ ਨੇ ਇੱਕ ਸਿੰਪਲ ਗੱਲ ਕਹੀ ਹੈ, ਉਹ ਐਗਰੀਕਲਚਰਲ ਇਕਨੋਮਿਸਟ ਹੈਗਾ ਔਰ ਉਹ ਟੌਪ ਦਾ, ਉਹ ਕਹਿੰਦੇ ਮੈਨੂੰ ਇਹ ਦੱਸੋ ਜਿਹੜੀ ਚੀਜ਼ ਅਸੀਂ ਬਣਾਉਂਦੇ ਹੀ ਨਹੀਂ, ਬਣਾਉਣ 'ਚ ਸਾਡਾ ਖਰਚਾ ਇਹਨਾਂ ਨਾਲ ਮੁਫ਼ਤ ਕਿਉਂ ਦੇਈ ਜਾਂਦੇ ਆ, ਤੁਸੀਂ ਇੰਨੇ ਸਾਲਾਂ ਤੋਂ ਬਿਜਲੀ ਮੁਫ਼ਤ ਦੇਈ ਜਾਂਦੇ ਆ, ਪਾਣੀ ਮੁਫ਼ਤ ਦੇਈ ਜਾਂਦੇ ਆ, ਕਿਸ ਖੁਸ਼ੀ 'ਚ ਦੇ ਰਹੇ ਹੋ ਤੁਸੀਂ? ਤੁਸੀਂ ਅੱਗੇ ਬੜੇ ਵਾਰੀ ਇਹ ਹੋਇਆ ਫਲੈਟ ਰੇਟ ਲਾ ਤੇ ਟਿਊਬਵੈੱਲਾਂ ਦੇ, ਕਦੇ ਮੀਟਰ ਲਾ ਦੇ, ਐਕਸਪੈਰੀਮੈਂਟੇਸ਼ਨ ਕਰਦੇ ਰਹੇ ਪਾਪੂਲਿਸਟ ਮੈਜਰਸ ਵਾਸਤੇ ਕਿ ਮੈਂ ਅਗਲੇ 5 ਸਾਲ ਫਿਰ ਰਾਜ ਕਰ ਲਾਂ, ਉਹਦੇ ਵਾਸਤੇ ਇਹੋ ਜਿਹੀਆਂ ਸਕੀਮਾਂ ਕੱਢ ਕੇ ਦੇ ਦੇਣੀਆਂ ਜਿਹੜੇ ਲੋਕਾਂ ਨੂੰ ਲੱਗਦਾ ਮੁਫ਼ਤ ਬਿਜਲੀ ਦਾ ਟੋਪਾਂ ਕੀ ਲੈਣਾ, ਇਹ ਹੁਣ ਆ ਕਹਿੰਦਾ ਮੇਰੇ 50 ਰੁਪਈਆ ਕਿਲੋ ਮੇਰੀ ਵੇਖੀ ਭਾਈ ਬਿਜਲੀ ਦੀ ਮੁਫ਼ਤ ਤੂੰ ਹੀ ਲਈ, ਗੱਲ ਤਾਂ ਸਿਰਫ ਇਹ ਹੈ ਮੁਫ਼ਤ ਹੋਣੀ ਚਾਹੀਦੀ ਹੈ ਕਿਸਾਨ ਦੀ, ਬਿਲਕੁਲ ਹੀ ਹੋਣੀ ਚਾਹੀਦੀ, ਬਿਜਲੀ ਸੈਂਟਰ ਨੂੰ ਭਾਖੜਾ ਵਾਲੀ ਮੰਗੋ ਰਾਇਲਟੀ, ਉਹ ਕੋਲੇ ਵਾਲੇ ਮੰਗੋ, ਸਵਾਲ ਇਹ ਸੀਗਾ ਰੇ ਸਟੇਟ ਕੋਲੇ ਗੱਲ ਕਰਦੇ ਯਾਰ, ਭਾਖੜੇ ਦੀ ਰਾਇਲਟੀ ਨੂੰ ਕੱਲੇ ਡਾਕਟਰ ਸੰਧੂ ਦਾ ਸਾਰਾ ਪਤਾ, ਕਿਸਾਨਾਂ ਨੂੰ ਸਾਨੂੰ ਨਾ ਦਿਓ ਇਨਪੁੱਟ ਘਟਾਉਂਗੇ ਤਾਂ ਹੀ, ਇੱਕ ਮਿੰਟ ਇੱਕ ਛੋਟਾ ਬ੍ਰੇਕ ਮੈਂ ਲੈ ਰਿਹਾ, ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ, ਸਵਾਲ ਜਿਹੜਾ ਸੀਗਾ ਸਵਾਲ ਤੋਂ ਅਸੀਂ ਡਾਈਵਰਟ ਹੋਏ ਹਾਂ, ਸਵਾਲ ਤੋਂ ਡਾਈਵਰਟ ਹੋਏ ਹਾਂ, ਸਵਾਲ ਇਹ ਸੀਗਾ ਕਿ ਜਿਹੜਾ ਸਾਡਾ ਕਿਸਾਨ ਹੈਗਾ ਹੈ ਉਸ ਦਾ ਪ੍ਰੋਡਕਟ ਅਸੀਂ ਖਰੀਦਦੇ ਨਹੀਂ ਪਏ, ਉਸ ਪ੍ਰੋਡਕਟ ਲਈ ਅਸੀਂ ਬਾਹਰ ਜਾ ਰਹੇ ਹਾਂ, ਇੱਕ ਛੋਟੇ ਬ੍ਰੇਕ ਤੋਂ ਬਾਅਦ ਛੇਤੀ ਵਾਪਸ ਆ ਰਹੇ ਹਾਂ। ਕਿਵੇਂ ਭਰੇਗਾ ਪੰਜਾਬ ਦਾ ਖਜ਼ਾਨਾ, ਇਸ ਸਵਾਲ ਦਾ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂ, ਔਰ ਸਵਾਲ ਇਹ ਹੈ ਕਿ ਕਿਹੜੀ ਸਿਆਸੀ ਨੀਤੀ ਪੰਜਾਬ ਦੇ ਖਜ਼ਾਨੇ ਨੂੰ ਨੀਵਾਂ ਕਰਨ ਦੇ ਲਈ ਜ਼ਿੰਮੇਵਾਰ ਹੈ। ਆਖਰੀ ਸੈਗਮੈਂਟ ਹੈਗਾ ਔਰ ਮੈਂ ਫਟਾਫਟ ਇੱਕ ਲਾਸਟ ਕਮੈਂਟ ਚਾਹਾਂਗਾ ਤਿੰਨੇ ਪੋਲੀਟੀਕਲ ਪਾਰਟੀਜ਼ 'ਚੋਂ। ਰੁਕਸਨ ਤੁਹਾਡੇ ਤੋਂ ਸ਼ੁਰੂ ਕਰਦਾ, ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਕਿ ਸਬਸਿਡੀ ਜਿਹੜੀ ਹੈਗੀ ਬੰਦ ਹੋਣੀ ਚਾਹੀਦੀ ਹੈ, ਇਹ ਗੱਲ ਤੁਸੀਂ ਆਪਣੀ ਪਾਰਟੀ ਨੂੰ ਵੀ ਕਹਿ ਸਕਦੇ ਹੋ? ਪਾਰਟੀ ਤਾਂ ਕਹਿ ਰਹੀ ਹੈ, ਸਾਡੇ ਫਾਈਨੈਂਸ ਮਿਨਿਸਟਰ ਨੇ ਉਹ ਅਨਾਊਂਸ ਕਰਤਾ ਸੀ ਬਿਜਲੀ ਜਿਹੜੀ ਹੈ ਮੁਫ਼ਤ ਦੇਣੀ ਬੰਦ ਕਰ ਦਿਆਂਗੇ, ਲੇਕਿਨ ਫਿਰ ਗੱਲ ਉੱਥੇ ਜਾਂਦੀ ਹੈ ਪਾਪੂਲਿਸਟ ਮੈਜਰ ਦਾ, ਇਲੈਕਸ਼ਨ ਆ ਗਈ, ਜੇ ਕੋ ਅਸੀਂ ਦਿੰਦੇ ਹਾਂ ਲੋਕਾਂ ਨੂੰ ਉਹ ਕਹਿੰਦਾ ਇਲੈਕਸ਼ਨ ਕਰਕੇ ਦੇ ਰਹੇ ਆ, ਜੇ ਅਸੀਂ ਨਹੀਂ ਦਿੰਦੇ ਤਾਂ ਦੇ ਨਹੀਂ ਰਹੇ। ਕੁਐਸਚਨ ਇਹ ਆ, ਯੂ ਵੋਟ ਬੈਂਕ ਹੈਗਾ, ਆਲ ਗਵਰਨਮੈਂਟਸ ਆਰ ਇਨ ਕੈਸ਼ 22, ਕੈਸ਼ 22 ਸਿਚੁਏਸ਼ਨ ਹਰ ਇੱਕ ਪਾਰਟੀ ਦੀ, ਵੋਟ ਬੈਂਕ ਦਾ ਇਸ਼ੂ ਹੈਗਾ, ਡੈਫੀਨਿਟਲੀ ਹੈਗਾ, ਡੈਫੀਨਿਟਲੀ ਹੈਗਾ, ਹਾਊ ਕੈਨ ਯੂ ਡਿਨਾਈ ਇਟ? ਇਹ ਸਿਨੈਰੀਓ ਜਿਹੜਾ ਹੈਗਾ ਜਿਸ ਦੇ ਵਿੱਚ ਪੰਜਾਬ ਨੂੰ ਤੁਸੀਂ ਕਹਿ ਰਹੇ ਹੋ ਹੋਣਾ ਵੀ ਚਾਹੀਦਾ, ਪ੍ਰੋਪਰਟੀ ਚਾਹੀਦੀ ਸੀ, ਹੋਇਆ ਨਹੀਂ ਹੈਗਾ, ਤੁਸੀਂ ਕਹਿ ਰਹੇ ਹੋ ਕਿ ਪਾਰਟੀਆਂ ਤੋਂ ਉੱਪਰ ਉੱਠ ਕੇ ਗੱਲ ਹੋਣੀ ਚਾਹੀਦੀ ਹੈ, ਹਜੇ ਵੀ ਹੈਗਾ ਵਕਤ, ਹਜੇ ਚੋਣ ਜ਼ਾਬਤਾ ਲਾਗੂ ਨਹੀਂ ਹੋਇਆ, ਪੰਜਾਬ ਨੇ ਹਜੇ ਡਿਮਾਂਡ ਕੀਤੀ ਹੈ ਪੂਰੀ ਕਰਾ ਸਕਦੇ ਹੋ? ਦੇਖੋ ਗਗਨਦੀਪ ਜੀ, ਜੇ ਇਸ ਮੁਲਕ ਨੂੰ ਜੇ ਪੰਜਾਬ ਦੀ ਗੱਲ ਕਰਦੇ ਹੋ, ਪੰਜਾਬ ਵੀ ਵਿੱਚ ਲਾ ਲਓ, ਮੈਂ ਇੱਕ ਮਿੰਟ ਲੈਣਾ ਵੀ ਟੋਟਲ ਰਿਫੋਰਮਸ ਦੀ ਜ਼ਰੂਰਤ ਹੈ, ਚਾਹੇ ਐਗਰੀਕਲਚਰ ਸੈਕਟਰ ਹੈ, ਚਾਹੇ ਬਿਜ਼ਨਸ ਸੈਕਟਰ ਹੈ, ਚਾਹੇ ਕੋਈ ਸਰਵਿਸ ਸੈਕਟਰ ਹੈ, ਕਿਉਂਕਿ ਰਿਫੋਰਮਸ ਅਤੇ ਪੁਲਿਸ ਦੇ ਰਿਫੋਰਮਸ ਦੀ ਵੀ ਜ਼ਰੂਰਤ ਹੈ। ਹੋਇਆ ਕਿ ਸਾਡਾ ਬੁਨਿਆਦੀ ਢਾਂਚਾ ਜਿਹੜਾ ਬੁਰੀ ਤਰ੍ਹਾਂ ਹਿੱਲ ਚੁੱਕਿਆ ਔਰ 1-2 ਸਾਲਾਂ 'ਚ ਉਹ ਖੜਾ ਨਹੀਂ ਹੋ ਸਕਦਾ। ਦੇਖੋ ਪੰਜਾਬ 'ਚ ਡਾਈਵਰਸੀਫਿਕੇਸ਼ਨ ਦੀ ਜ਼ਰੂਰਤ ਹੈ, ਬਹੁਤ ਸਾਰੀਆਂ ਸਰਕਾਰਾਂ ਪਿਛਲੀਆਂ ਹੀ ਪ੍ਰਯਾਸ ਕੀਤਾ, ਇਹ ਵੀ ਕਰ ਰਹੀ ਹੈ, ਲੇਕਿਨ ਹਜੇ ਲੋਕ ਉਰਤੇ ਨਹੀਂ ਆ ਰਹੇ। ਪਹਿਲਾਂ ਪੰਜਾਬ ਦੀ ਬਾਸਮਤੀ ਸਾਰੇ ਮੁਲਕ 'ਚ ਮਸ਼ਹੂਰ ਸੀ, ਹੁਣ ਬਾਸਮਤੀ ਮੱਧ ਪ੍ਰਦੇਸ਼ ਵੀ ਹੋਣ ਲੱਗ ਗਈ ਹੈ। ਸਾਡੀ ਸਰਕਾਰ ਇੱਕ ਬੁਨਿਆਦੀ ਕੋਸ਼ਿਸ਼ ਕਰ ਰਹੀ ਹੈ, ਦੇਖੋ ਆਉਣ ਵਾਲੇ ਟਾਈਮ 'ਚ ਦੇਖੂਗਾ ਕਿ ਹਰੇਕ ਸਟੇਟ ਦੇ ਕਲਸਟਰ ਜ਼ੋਨ ਜਿਹੜੇ ਆ ਸਥਾਪਿਤ ਕੀਤੇ ਜਾਣ। ਮੰਨ ਲਓ ਮਹਾਰਾਸ਼ਟਰ 'ਚ ਸੰਤਰਾ ਵਧੀਆ ਹੁੰਦਾ, ਉੱਥੇ ਸੰਤਰੇ ਦਾ ਰਿਸਰਚ ਸੈਂਟਰ ਅਤੇ ਸੰਤਰੇ ਦਾ ਵਿਕਰੀ ਸੈਂਟਰ, ਉਹਦੇ ਨਾਲ ਐਗਰੋ ਬੇਸਡ ਇੰਡਸਟਰੀ ਲੱਗ ਜਾਏ ਪੰਜਾਬ, ਹਿਮਾਚਲ, ਲੇਕਿਨ ਇਹਦੇ ਲਈ ਇੱਕ ਲੰਬਾ ਟਾਈਮ ਚਾਹੀਦਾ। ਦੇਖੋ ਇੱਕ ਲਾਸਟ ਲਾਈਨ, ਬਿਲਕੁਲ, ਦੇਖੋ ਰਣਦੀਪ ਜੀ, ਡਾਕਟਰ ਸੰਧੂ ਸਾਹਿਬ ਹੋਣਾ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ, 70 ਸਾਲਾਂ 'ਚੋਂ 55 ਸਾਲ ਇਹਨਾਂ ਦਾ ਰਾਜ ਰਿਹਾ, ਤੁਸੀਂ ਇਹ ਵੀ ਮੰਨੋ ਵੀ ਸਾਡੀ ਵਿਫਲਤਾ ਵੀ ਰਹੀ ਆ। ਇਸ ਕਰਕੇ ਮੇਰਾ ਇਹ ਮੰਨਣਾ ਹੈ ਟੋਟਲ ਰਿਫੋਰਮ ਦੀ ਜ਼ਰੂਰਤ ਹੈ, ਜਿਹਦੇ ਲਈ ਸਾਰਿਆਂ ਨੂੰ ਖੜਾ ਹੋਣਾ ਬਿਲਕੁਲ। ਹੁਣ ਦੇਖੋ ਜੀ, ਹੁਣ ਮੈਂ ਉਹੀ ਗੱਲ ਕਰ ਰਿਹਾ ਸੀ ਨਾ ਵੀ ਜਿਵੇਂ ਆਟਾ ਕਿਸਾਨ ਤੋਂ ਕਣਕ 17 ਰੁਪਏ ਲੈਂਦੇ, ਸ਼ਹਿਰੀਆਂ ਨੂੰ ਸਾਡੇ ਪੋਲੀਟੀਕਲ ਰਿਫੋਰਮ ਦੀ ਲੋੜ ਹੈ ਇੱਕ ਵਾਰ? ਹਾਂਜੀ ਬਿਲਕੁਲ ਹੈਗੀ ਜੀ, ਬਾਕੀ ਰੋਇਲਟੀ ਸਾਡੇ ਕੋਲ, ਜਿਹੜੇ ਕੁਦਰਤੀ ਵਸੀਲੇ ਆ ਸਾਡੇ ਕੋਲ, ਪਾਣੀ ਹੈ, ਪਾਣੀ ਦੀ ਰੋਇਲਟੀ ਮੰਗੋ ਜਿਵੇਂ ਕੋਲੇ ਵਾਲੇ ਕੋਲੇ ਦੀ ਮੰਗਦੇ। ਇਸ ਕਰਕੇ ਇਹ ਵਧਾਉਣ ਦੀ ਲੋੜ ਹੈ, ਸੋਚਣ ਦੀ ਲੋੜ ਹੈ, ਸਮੱਸਿਆ ਕੋਈ ਨਹੀਂ, ਸਮੱਸਿਆ ਦਾ ਹੱਲ ਕੱਢਣ ਦੀ ਲੋੜ ਹੈ।
पूरे सिनेरियो चों की राह निकलता नजर आंदा है, खाली खजाना हैगा मन लिया, भरिया किवें जाएगा, फाइनली किवें करांगे कि स्ट्रक्चर जिहड़ा हैगा चेंज वो तो होएगा होएगा, रिफॉर्म्स की गल की जा रही है, किहड़े रिफॉर्म्स लाए जाण, क्योंकि 91 तो बाद लगातार हर तरीके दे रिफॉर्म्स असीं लागू करके देख चुके हैं। मैं एक बहुत देर तो एक गल कही है और मैं बहुत सारे सैमीनार ते भी गल कही है, मैनूं किसी ने काउंटर नहीं किया कि पंजाब एग्रीकल्चर इकोनॉमी के तौर पर किस मौके पंजाब डोमीनेट करता सी, तो जदों इंडिया की इकोनमी ग्रो की है हरेक दुनिया की इकोनमी एग्रीकल्चर का हिस्सा घटिया, पंजाब का भी घटिया, हिंदुस्तान भी घटिया, उस तो बाद इंडस्ट्री की ग्रोथ होंगी, इंडस्ट्री तो जिदा हुण आप डिस्कस कर चुके हैं, ज्ञान सिंह जी दस चुके भी की इंडस्ट्री नाल होया। तीसरा खिता जिहड़ा है जिस में सब तो ज़्यादा कॉन्ट्रीब्यूशन होंगी और टर्शरी सैक्टर सर्विसेज सैक्टर तो होंगी, सर्विसेज सैक्टर लिए पंजाब ने कभी भी तैयारी नहीं की। अज भी मैं दावे ना कह सकता कि पंजाब हरियाणे मीलों का फर्क हो गया सिर्फ सर्विसेज सैक्टर के करके, क्योंकि इतने असी एक एक तरफा इकोनमी तो फोकस करके चले हाँ भी सानू खेतीबाड़ी तो सब कुछ हो जाएगा, वो हो नहीं सकता, कोई इकोनमी कोई इदा की नहीं है जिहड़ी कल्ली खेती ते चल सके, जब तक असी स्ट्रक्चरल रिफॉर्म करके सर्विसेज सैक्टर दे विच अच्छी पार्टिसिपेशन शुरू नहीं करते, पंजाब की पोजिशन इस तरीके बुरी रहेगी। और जो खेतीबाड़ी नुकसान होया, मैनू नहीं लगता कि फिस्कल कमीशन के अगे पंजाब सरकार ने यह गल कही है कि साडा ग्राउंड वाटर जिहड़ा है वह बहुत थले चला गया, सानू उसके लिए भी पैकेज चाहिए रिवाइवल के लिए, जे उन्होंने नहीं किया तो तुसीं उस तो अंदाजा लगा लियो कि सरकार किस तरीके ने काम कर दियां, ना पिछली सरकार ना हुण सरकार, अखीर लोग उसकी कीमत चुकाउंदे ने कदी एक तरीके नाल कदी दूजे तरीके नाल। डॉक्टर ज्ञान सिंह फाइनल कमेंट। पहली गल तो जी संधु नु करे सबसिडी वाली, वह फैक्ट यह है कि जिन्हों आप सारिया पोलीटल पार्टियां भी मनदिया ने कि सबसिडी फार्मर नहीं सबसिडी कंज्यूमर इंडस्ट्री है, ये बारे सू बहुत ही गल ये चाहिए है कि जी सबसिडी मिले जिस तरह फार्म साइज घटता उत्थे वध मिले, हाल तो सबसिडी होर बहुत ज़्यादा लोड़ देने की, जो असी इंडिया तो हाईली डिवेलप कंट्री की गल करिए सबसिडी जी है वह $400 तो पर फार्मर घट है, जो कि उत्थे $60,000 तो उपर हैगी। तो जी गल इन्होंने की क्रॉप डाइवर्सीफिकेशन वाली, क्रॉप डाइवर्सीफिकेशन कितों करांगे, सेंटर ने साडे सिर ते पैड़ी फसल मड़ी है थ्रू MSP, क्रॉप डाइवर्सीफिकेशन ताही होगी जे सेंटर चाहूगा, नहीं नहीं होना हैगा। इसलिए जिहड़ा ओवरऑल रिफॉर्म करते हुए सानू इकोनॉमिक मॉडल है जिहड़ा प्रो जिहड़ा कारपोरेट मॉडल की जगह प्रो पीपल प्रो नेचर मॉडल अपनाना पवेगा, उस जो समस्यावां हल होणगियां। जिहड़ी प्रोफेसर जगवंत उन्हीं गल कर रहे सी, मैनूं लगदा शायद वह लुईस मॉडल की गल करदे होण कि पापूलेशन इधर शिफ्ट हो के इंडस्ट्री च सर्विस सैक्टर जानी हुंदी है, पर इत्थे इह गल ध्यान च रखनी चाहीदी है कि असी हाईली डिवेलप कंट्री नहीं, साडे कोल डिग्री ऑफ मोनोपोली पावर बहुत नाल दी है, असी उहदा माल बेचां कित्थे, जिहड़े साडे बच्चे पिछले साल असी 1.5 लाख बच्चा कढ के बाहरले देशां च भेजिया, उत्थे अमरवेल उहनां नूं चट रही है कि उन्होंने तो फ्री काम करा रहे हैं, उन्होंने तो बगारा करा रहे हैं, उन्होंने जलील कर रहे हैं, उत्थे दी अमरवेल तंग कर दी उन्होंने, इसलिए सानू इत्थे आपदा मॉडल बनाना पवेगा जिहड़ा कुदरत पक्षी दे लोक पक्षी होवे, जिस फैडरल सैट होवे सैटअप होवे, अते पंजाब दे संबंध च जिन्ने तरह का साडा लैण देण बनता है उहदी गिणती मिणती बहुत सौखी है, वह करके एक बारी वह कट्ठा सेंटर देवे ते अगे नूं इंसाफ देवे। ਸੋ ਕਰਨਾ ਬਹੁਤ ਕੁਝ ਹੋਏਗਾ ਪਰ ਕਰੇਗਾ ਕੌਣ, ਸਵਾਲ ਤਾਂ ਇਹ ਹੈ। ਸਿਆਸਤਦਾਨ ਜਿਹੜੇ ਨੇ ਬਹਾਨੇ ਦੇ ਦਿੰਦੇ ਨੇ, ਐਕਸਕਿਊਜ਼ ਦੇ ਦਿੰਦੇ ਨੇ, ਐਕਸਕਿਊਜ਼ ਨੂੰ ਦੂਰ ਕਰਨ ਦਾ ਰਾਹ ਨਹੀਂ ਲੱਭਦੇ, ਰਾਹ ਅਸੀਂ ਜੋ ਦੱਸਦੇ ਹਾਂ ਉਸੇ ਤੁਰਨ ਲਈ ਤਿਆਰ ਨਹੀਂ ਹੁੰਦੇ। ਬਹੁਤ ਬਹੁਤ ਸ਼ੁਕਰੀਆ ਤਮਾਮ ਮਹਿਮਾਨਾਂ ਦਾ, ਬਹੁਤ ਬਹੁਤ ਸ਼ੁਕਰੀਆ ਡਾਕਟਰ ਸੰਧੂ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਮਨਵਿੰਦਰ ਸਿੰਘ ਕੰਗ ਸਾਹਿਬ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਇਕਬਾਲ ਸਿੰਘ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਡਾਕਟਰ ਜਗਵੰਤ ਸਿੰਘ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਡਾਕਟਰ ਗਿਆਨ ਸਿੰਘ ਤੁਹਾਡਾ ਵੀ, ਬਹੁਤ ਬਹੁਤ ਸ਼ੁਕਰੀਆ ਇਸ ਚਰਚਾ ਵਿੱਚ ਸ਼ਾਮਿਲ ਹੋਣ ਦੇ ਲਈ। ਸੋ ਮੁੱਦਾ ਇਹ ਹੈਗਾ ਕਿ ਪੰਜਾਬ ਦਾ ਖਾਲੀ ਖਜ਼ਾਨਾ ਭਰਨ ਲਈ ਤਾਂ ਸਰਕਾਰਾਂ ਤਿਆਰ ਹੋ ਸਕਦੀਆਂ ਨੇ ਜੇਕਰ ਉਹ ਜਿਹੜੇ ਰਾਹ ਮਾਹਰ ਦੱਸਦੇ ਨੇ ਉਸ ਰਾਹ 'ਤੇ ਤੁਰਨ ਲਈ ਤਿਆਰ ਹੋਣ, ਪਰ ਉਸ ਰਾਹ ਨੂੰ ਸਮਝਣ ਦੇ ਲਈ ਵੀ ਅਕਲ ਦੀ ਲੋੜ ਹੈਗੀ ਹੈ, ਉਹ ਅਕਲ ਸਾਡੇ ਸਿਆਸਤਦਾਨਾਂ ਕੋਲ ਹੈਗੀ ਹੈ, ਇਹ ਸਵਾਲ ਕਾਇਮ ਹੈ। ਬਹੁਤ ਬਹੁਤ ਸ਼ੁਕਰੀਆ।